दर्शनों मेरा मन तीजे खंभ वे कंडड़े दे नहा ना स्वामी टोल तन जनाई अपने लहा सो सजन टोल सजन सच्चा पातशाह शिरशाह देशाह जिस पास बैठिया सो ही है सबना दा विसार जेता जियो पिंड सब तेरा ओं अंतर जामी पुरख भगवान दासन दास कहे धन नानक जिहा तुम कराने तिहा हम करी बखियान दासन दास कहे धन नानक जिहा तुम कराने तिहा हम करी बखियान सतनाम वाहिगुरु साहिब जीओ सोमवार सस अमृत चरै चाकत बीग सगल इक हरै सोमवार सस अमृत चरै चाकत बेग सगल बिखरै बाणी रुकिया रहै द्वार तौ मन मतवारू पीवन हार बाणी रुकिया रहै द्वार तौ मन मतवारू पीवन हार वाहिगुरु जी का खालसा वाहिगुरु जी की फतेह। मनुख दे कोल बहुत कीमती दात इहदी जिंदगी दा समां है। भाई नंद राम सिंह जी दा एक बचन है बड़ा प्यारा। उह कहिंदे बंदे आ मैं कोई दुनिया विच इहो जी सवेर नहीं वेखी जिहदी कदे शाम ना पैंदी होवे। हर सवेर ने एक दिन शाम विच तब्दील हो जाना है। फिर सानू चाहीदा है असीं समां गुजारीए ना, असीं समें नूं सफला करिए। समां गुजारना एक वखरी बात है, समय में सफल करना एक वखरी बात है। ये उमरे बिना माया गनीमत शुमर आखर तेरी उम्र रब की दिती हुई एक गनीमत है, एक तोहफा है, अमूर्त गल है। ये उमरे बिना माया गनीमत शुमर आखर मां सुबह ना दीदेव देखना मां मैं सुबह सवेर मां सुबह ना दीदेव के ओ शाम ना दारदा के ओ शाम विच कभी ना तब्दील होई। हर सवेर में शाम विच तब्दील हो जाए ते दूजी गल समय दी इक निरंतर चाल है। भाई सिंह दे कुछ बोल अपने ख्याल विच रखिए। उन्होंने बड़ी प्यारी बात आखी है, कहते रही वास्ते घत
ਸਮੇਂ ਨੇ ਇੱਕ ਨਾ ਮੰਨੀ। ਫੜ ਫੜ ਰਹੀ ਤਰੀਕ ਖਿੱਚਦੀ ਰਹੀ, ਸਮੇਂ ਖਿਸਕਾਈ ਕੰਨੀ। ਤ੍ਰਿਖੇ ਆਪਣੇ ਵੇਗ ਗਇਆ ਟੱਪ ਬੰਨੇ ਬੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ। ਉਹ ਸੰਭਲ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡਰਦਾ ਜੰਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਠਹਿਰਨਾ ਜਾਣਦਾ ਕੋਈ ਨੀ। ਸਾਡੇ ਲੋਕ ਬੜੀ ਪਿਆਰੀਆਂ ਬਾਤਾਂ ਆਖਦੇ ਨੇ, ਕਹਿੰਦੇ ਜਦੋਂ ਸਾਰੀ ਦੁਨੀਆਂ ਸੌ ਜਾਂਦੀ ਸਮਾਂ ਉਦੋਂ ਵੀ ਜਾਗਦਾ ਹੈ, ਜਦੋਂ ਲੋਕ ਰੁਕ ਜਾਂਦੇ ਨੇ ਸਮਾਂ ਉਦੋਂ ਵੀ ਤੁਰਦਾ ਹੈ। ਸਮਾਂ ਆਪਣੀ ਨਿਰੰਤਰ ਚਾਲ ਨਹੀਂ ਘਰੇ ਛੱਡਦਾ, ਉਹ ਆਪਣੀ ਟੋਰ ਟੁੱਟਦਾ ਹੈ। ਇਹ ਮਨੁੱਖ ਦਾ ਫਰਜ਼ ਹੈ, ਇਹ ਮਨੁੱਖ ਦਾ ਕਿਰਦਾਰ ਹੈ, ਮਨੁੱਖ ਦੀ ਵਿਚਾਰ ਹੈ, ਮੈਂ ਸਮਾਂ ਬਤੀਤ ਕਰਨਾ ਹੈ ਕਿ ਸਮਾਂ ਸਫਲ ਕਰਨਾ ਹੈ। ਹੁਣ ਮਨੁੱਖ ਨੂੰ ਚਾਹੀਦਾ ਕੇਵਲ ਵੀ ਸਮਾਂ ਮੈਂ ਸਫਲ ਕਰਾਂ। ਸਮਾਂ ਸਫਲ ਕਿਵੇਂ ਹੁੰਦਾ ਹੈ? ਸਤਿਗੁਰ ਜੀ ਨੇ ਬੜੀ ਸਮੇਂ ਦੀਆਂ ਗੱਲਾਂ ਸਾਨੂੰ ਸਮਝਾਈਆਂ ਨੇ, ਉਹਦੇ ਵਿੱਚੋਂ ਆਪਾਂ ਸੱਤ ਵਾਰ ਦੀ ਕਥਾ ਆਰੰਭ ਕੀਤੀ ਹੈ। ਸਾਹਿਬ ਕਹਿੰਦੇ ਨੇ ਵੀ ਜਿਹਨਾਂ ਨੇ ਆਪਣਾ ਐਤਵਾਰ ਸੰਭਾਲਿਆ, ਜਿਹਨਾਂ ਨੇ ਆਪਣਾ ਪਿਛਲਾ ਦਿਨ ਸੰਭਾਲਿਆ, ਉਹਨਾਂ ਦੇ ਅਗਲੇ ਦਿਨ 'ਚ ਕੀ ਤਬਦੀਲੀ ਆਏਗੀ, ਉਹਨਾਂ ਦੀ ਅਗਲੇ ਦਿਨ 'ਚ ਕੀ ਤਬਦੀਲੀ ਆਏਗੀ? ਹਜ਼ੂਰ ਆਖਦੇ ਨੇ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਇੱਕ ਪਲਟਾ ਆਏਗਾ, ਇੱਕ ਤਬਦੀਲੀ ਆਏਗੀ। ਉਹ ਤਬਦੀਲੀ ਹੈ ਭਾਈ, ਉਹ ਆਪਣੇ ਅੰਦਰ ਇੱਕ ਉਤਰਾਅ ਚੜ੍ਹਾਅ ਦੇਖਦੇ ਨੇ। ਜਿਹੜਾ ਕੋਈ ਅੰਦਰ ਪਾਪੀ ਬਣ ਕੇ ਬੈਠਾ ਸੀ ਉਹ ਪੁੰਨੀ ਬਣ ਗਿਆ। ਇੱਕ ਪਲ ਮੈਂ ਫਿਰ ਬੇਨਤੀ ਕਰਨਾ ਚਾਹੁੰਦਾ, ਇਹ ਗੱਲ ਹਮੇਸ਼ਾ ਚੇਤਾ ਰੱਖਿਆ ਕਰੀਏ ਭਾਈ, ਇਸ ਘਰ ਵਿੱਚ ਜਿੰਨੇ ਵੀ ਲੋਕ ਪਹਿਲੇ ਸਨ ਉਹਨਾਂ ਦਾ ਕਿਸੇ ਦਾ ਜ਼ਿਕਰ ਕਰ ਲਓ, ਉਹ ਆਇਆ ਠੱਗ ਹੈ, ਗਇਆ ਸੱਜਣ ਹੈ, ਆਇਆ ਰਾਕਸ਼ਸ ਹੈ, ਗਇਆ ਭਾਈ ਕੌਡਾ ਹੈ, ਆਇਆ ਹੰਕਾਰੀ ਮਾਲਕ ਭਾਗੋ ਹੈ, ਪਰ ਜਾਣ ਲੱਗੇ ਆ ਉਹ ਗੁਰੂ ਦੇ ਦਰਬਾਰ ਦਾ ਸੇਵਕ ਹੈ, ਆਇਆ ਹੰਕਾਰੀ ਦੁਨੀ ਚੰਦ ਹੈ, ਪਰ ਗਿਆ ਪਰਉਪਕਾਰੀ ਦੁਨੀ ਚੰਦ ਹੈ। ਦੁਨੀ ਚੰਦ ਨੇ ਜਿਹਨੇ ਧੰਨ ਇਕੱਠਾ ਕੀਤਾ ਹੋਇਆ ਸੀ, ਆਪਣੇ ਸ਼ਹਿਰ ਯਾਦੋ ਪਤਾ ਹੋਵੇਗਾ, ਬਹੁਤ ਸਿਆਣੇ ਬੈਠੇ ਹੋ ਆਪ ਸਾਰੇ, ਤੇ ਦੁਨੀ ਚੰਦ ਦੀ ਮਾਇਆ ਦੇ ਨਾਲ ਕਰਤਾਰਪੁਰ ਸਾਹਿਬ ਵਸਿਆ ਸੀ ਗੁਰੂ ਨਾਨਕ ਸਾਹਿਬ ਜੀ ਦਾ, ਉਹ ਦੁਨੀ ਚੰਦ ਦੀ ਮਾਇਆ ਨਾਲ ਵਸਿਆ ਹੋਇਆ, ਯਾਦ ਰੱਖ। ਉਹ ਜੋ ਦੁਨੀ ਚੰਦ ਜੀ ਦੇ ਖਾਤਰ ਸਤਿਗੁਰੂ ਠੀਕਰੀਆਂ ਇਕੱਠੀਆਂ ਕਰਦੇ ਸਨ, ਬੜਾ ਹੰਕਾਰੀ ਬਣਿਆ ਹੋਇਆ ਸੀ। ਇੱਥੇ ਆਇਆ ਕੋਈ ਭਾਈ ਮਾਂਝ ਕਬਰਾਂ ਪੂਜਣ ਵਾਲਾ ਹੈ, ਪਰ ਜਾਂਦਾ ਹੋਇਆ ਭਾਈ ਮਾਂਝ ਗੁਰੂ ਕਾ ਸੀਨਾ ਬਣ ਕੇ ਗਏ। ਆਇਆ ਹੋਇਆ ਕੋਈ ਬਿਧੀ ਚੰਦ ਚੋਰ ਹੈ, ਪਰ ਜਾਣ ਲੱਗਿਆ ਉਹ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਣ ਕੇ ਗਏ। ਜਿੰਨਿਆਂ ਦੀ ਮਰਜ਼ੀ ਗੱਲ ਕਰ ਲਈਏ, ਉਹ ਜਿਹੜੇ ਰੂਪ ਚ ਆਏ ਨੇ ਉਸ ਰੂਪ ਚੋਂ ਗਏ ਨੇ, ਫਰਕ ਕੀ ਪਿਆ, ਤਬਦੀਲ ਕਿਵੇਂ ਹੋਏ? ਕਿਉਂਕਿ ਉਹਨਾਂ ਦੇ ਅੰਦਰ ਗੁਰੂ ਦੀ ਸਿੱਖਿਆ ਦਾ ਵਾਸਾ ਹੋ ਗਿਆ। ਇੱਕ ਵਾਰੀ ਕਿਸਮਤੀ ਰਹੀ ਹੈ, ਦਸ ਬਹੁਤ ਵਾਰੀ ਤੁਹਾਡੇ ਨੂੰ ਸਾਂਝ ਪਾ ਚੁੱਕਾ ਹੋਇਆ, ਸਾਨੂੰ ਗੁਰਬਾਣੀ ਦੇ ਵੇੜੇ ਨਹੀਂ ਹੋਣ ਦਿੱਤਾ ਗਿਆ, ਸਾਨੂੰ ਕਿਸੇ ਨਾ ਕਿਸੇ ਗੱਲ ਵਿੱਚ ਉਲਝਾਈ ਰੱਖਿਆ। ਬਹੁਤ ਵਾਰੀ ਇਹ ਗੱਲ ਕਹਿ ਕਿ ਇਹ ਤਾਂ ਬਾਣੀ ਮਹਾਂਪੁਰਖ ਦੀ ਹੈ, ਤੁਹਾਨੂੰ ਸਮਝ ਹੀ ਨਹੀਂ ਲੱਗਣੀ। ਕਿਹੜਾ ਦੁਨੀਆਂ 'ਚ ਇਹੋ ਜਿਹਾ ਉਸਤਾਦ ਹੈ ਜਿਹੜਾ ਆਪਣੇ ਵਿਦਿਆਰਥੀ ਨੂੰ ਇਹੋ ਜਿਹਾ ਸਵਾਲ ਪਾ ਦੇ ਜਿਹੜਾ ਕੱਢ ਹੀ ਨਾ ਸਕੇ? ਫਿਰ ਪਹਿਲਾਂ ਕੀ ਹੋਇਆ ਸੀ, ਦੁਨੀਆਂ 'ਤੇ ਪਹਿਲੀ ਪੁੱਜਦੀ ਸੀ, ਸੰਸਾਰ 'ਤੇ ਪਹਿਲੀ ਪੁੱਜਦਾ ਸੀ। ਬਲਕਿ ਮੈਂ ਇੱਥੋਂ ਤੱਕ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਗੁਰੂ ਅਮਰਦਾਸ ਜੀ ਨੂੰ ਵੀ ਜਦੋਂ ਦੁਨੀਆਂ 'ਚ ਬਾਕੀ ਇਹਦੇ ਧਾਰਮਿਕ ਗ੍ਰੰਥ ਨੇ, ਇਹਨਾਂ ਸਾਰਾ ਕੁਝ ਹੈ, ਤਾਂ ਤੁਸੀਂ ਆਪਣੀ ਬਾਣੀ ਵੱਖਰੀ ਕਿਉਂ ਬਣਾ ਰਹੇ ਹੋ? ਹਜ਼ੂਰ ਕਹਿੰਦੇ ਜੇ ਤੁਸੀਂ ਆਪ ਸੋਚ ਕੇ ਦੱਸੋਗੇ ਤੁਸੀਂ ਸੱਚ ਕਰ ਰਹੇ ਹੋ, ਸਾਨੂੰ ਤਾਂ ਨਾ ਬਣਾਉਣੀ ਪਈ ਕਿਉਂਕਿ ਤੁਸੀਂ ਸੱਚ ਨਹੀਂ ਕਰਦੇ। ਉਹਨਾਂ ਆਖਿਆ ਸਾਡੇ 'ਚ ਕੀ ਕਮੀ ਹੈ? ਗੁਰੂ ਅਮਰਦਾਸ ਜੀ ਦਾ ਬਚਨ ਪੜ੍ਹ ਕੇ ਦੇਖੋ, ਸਿਮਰਤ ਸ਼ਾਸਤਰ ਉਹਨ ਪਾਪ ਵਿਚਾਰਦੇ, ਤੱਕਾ ਸਾਰ ਨਾ ਜਾਣੀ, ਤੁਸੀਂ ਰੱਬ ਦੀ ਗੱਲ ਹੀ ਨਹੀਂ ਦੱਸੀ, ਤੁਸੀਂ ਤੇ ਉਲਝ ਵਿੱਚ, ਤੁਸੀਂ ਤੇ ਮਨੁੱਖ ਨੂੰ ਪੁੰਨਾ ਪਾਪਾਂ ਵਿੱਚ ਉਲਝਾ ਕੇ ਰੱਖਿਆ, ਸੱਚ ਦੀ ਗੱਲ ਦੱਸੀ ਨਹੀਂ ਤੁਸੀਂ। ਔਰ ਦੂਜੀ ਗੱਲ ਇਹ ਭਾਈ, ਜਦੋਂ ਤੁਸੀਂ ਇੱਕ ਬੰਦੇ ਨੂੰ ਕਹਿੰਦੇ ਹੋ ਵੀ ਇਹ ਇਕੱਲੇ ਕੋਲ ਹੈ, ਇਹ ਵਿਦਿਆ ਦਾ ਠੇਕੇਦਾਰ ਹੈ,
ब्राह्मण दे कोली विद्या है वो जो पढ़ सकता है वो जो पढ़ा सकता है शूद्र नूं तां हरमंदर विच वी नहीं तुसीं पढ़न दिंदे उन्हें वेद ग्रंथ की पढ़ने ने ते जिहड़ी इह बाणी है अमृत बाणी इह तत्व खाणी इह ते रब दे घरों तत् रह के आई है इह सिमरत शास्त्र नूं नहीं विचारदी इह ते रब दे तत्ते दी गल करदी तत् दी गल करदी है मूल दी गल करदी है दूजी गल साडी बाणी उत्ते कोई पाबंदी नहीं है कोई सिख कोई जगियासू कोई बीबी कोई बुढ़ा कोई बुजुर्ग कोई दुखिया कोई सुखिया कोई नीवी जाता कोई उच्ची जाता कोई अमीर कोई गरीब कोई किसी देश का जेड़ा मर्जी बाणी पढ़े बाणी उद्धार करेगी असी कोई वितकरा नहीं रखा गया पर फिर भी सानू बाणी नाल नहीं जुड़न दिता गया बारी गल उलझा के रखा गया कि बाणी तुहानू नेड़े आया भी तुहानू कई ऐसे भी ने जिहड़े मैनू माफ करना इस गल नूं वार श्राप के चक्करां विच उलझ के गुरु नटियार ही नहीं करदे मैं बेनती करा इत्थे ओह पिता है ना एक बारी गुरु चरणां विच कोई आ जाए सही एक गलवकड़ी लैके कंठ लाए आप गुण सब मिले दयाल पुरख बख्शन दस कई बारी बेनती करदे दुनिया के कितने चले जागो उत्थे हिसाब किताब तकड़ी नाल हुंदा है ਇਹ ਗੁਰੂ ਘਰ ਹਿਸਾਬ ਕਿਤਾਬ ਤੱਕੜੀ ਰਾਣੀ ਇਹ ਹਿਸਾਬ ਕਿਤਾਬ ਗਲਵਕੜੀ ਨਾਲ ਹੁੰਦਾ ਹੈ ਪੰਕਤ ਇੱਕ ਵਾਰੀ ਫਿਰ ਦੁਹਰਾ ਦਿਆ ਕੰਠ ਲਾਏ ਅਵਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਇੱਕ ਵਾਰੀ ਗੁਰੂ ਘਰ ਚ ਨਾ ਲਾਲੇ ਸਾਰੀ ਜ਼ਿੰਦਗੀ ਦੇ ਔਗੜ ਮਿਟ ਜਾਂਦੇ ਨੇ ਪਰ ਸਾਨੂੰ ਲੱਗਣੀ ਨਹੀਂ ਦਿੱਤਾ ਗਿਆ ਗੱਲ ਮੈਂ ਸ਼ੁਰੂ ਕਰਨੀ ਚਾਹੁੰਦੇ ਨਾਲ ਨਾਲ ਤਾਂ ਕਿ ਆਪਾਂ ਨੂੰ ਸਮਝ ਲੱਗੇ ਸਤਿਗੁਰੂ ਦਾਤੇ ਨੇ ਕਿਰਪਾ ਕੀਤੀ ਸੱਤ ਹਫ਼ਤੇ ਦੇ ਦਿਨ ਨੇ ਕਿਸੇ ਨੇ ਕੋਈ ਦਿਨ ਮਾੜਾ ਕਹਿ ਦਿੱਤਾ ਕਿਸੇ ਨੇ ਕੋਈ ਦਿਨ ਚੰਗਾ ਕਹਿ ਦਿੱਤਾ ਅੱਜ ਵੀ ਲੋਕਾਂ ਦੇ ਵਿੱਚ ਵੀਰਵਾਰ ਨੂੰ ਸਿਰ ਨਹੀਂ ਨਹਾਉਣਾ ਕਿਸੇ ਇਸ਼ਨਾਨ ਨਹੀਂ ਕਰਨਾ ਸ਼ੁੱਕਰਵਾਰ ਨੂੰ ਕੱਪੜਾ ਨਹੀਂ ਖਰੀਦਣਾ ਸ਼ਨੀਵਾਰ ਨੂੰ ਸੋਨਾ ਨਹੀਂ ਖਰੀਦਣਾ ਫਲਾਣੇ ਦਿਨ ਲੋਹਾ ਨਹੀਂ ਖਰੀਦਣਾ ਇਤਿਹਾਸਿਕ ਭਰਮ ਅੱਜ ਵੀ ਨੇ ਲੋਕਾਂ ਦੇ ਵਿੱਚ ਲੋਕਾਂ 'ਚ ਕਿਉਂ ਕਮਰ ਸਿੱਖਾਂ ਦੇ ਵਿੱਚ ਬਥੇਰੇ ਭਰਮ ਨੇ ਜਦਕਿ ਸਾਡੇ ਲਈ ਹੁਕਮ ਸੀ ਭਰਮ ਭੇਖ ਕੇ ਰਹਿ ਨਿਆਰਾ ਸੋ ਖਾਲਸ ਸਤ ਗੁਰੂ ਹਮਾਰਾ ਰਹਿਣਾਵੇ ਤੂੰ ਜ਼ਿਕਰ ਹੈ ਜਿਹੜਾ ਭਰਮ ਭੇਖ ਤੋਂ ਨਿਆਰਾ ਰਵੇ ਮੈਂ ਤੇ ਉਹਨੂੰ ਗੁਰੂ ਮੰਨਣ ਲਈ ਤਿਆਰ ਹੈ ਗੁਰਦੇਵ ਸੱਚੇ ਪਾਤਸ਼ਾਹ ਨੇ ਇਹ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਠਾਕੁਰ ਮੈਂ ਉਸਕਾ ਚੇਰਾ ਉਹ ਸਾਹਿਬ ਮੈਂ ਉਸਕਾ ਚੇਰਾ ਦੋ ਤਰ੍ਹਾਂ ਦੇ ਭਗਤ ਹੁੰਦੇ ਨੇ ਇਹ ਦਾਤਾ ਬਖਸ਼ਿਸ਼ ਕੀਤੀਆਂ ਸਨ ਸਾਨੂੰ ਪਰ ਅਸੀਂ ਫਿਰ ਵੀ ਭਰਮਾਂ ਦੇ ਸ਼ਿਕਾਰ ਹੈ ਧਰਮ ਦੀ ਦੁਨੀਆਂ ਵਿੱਚ ਉਹਨੇ ਪੱਕੇ ਨਹੀਂ ਹੋ ਸਕੇ ਜਿਹਨਾਂ ਸਾਡੇ ਅੰਦਰ ਭਰਮ ਦਾ ਵਰਤਾਰਾ ਹੈ ਬੇਨਤੀ ਕਰ ਰਿਹਾ ਸਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਜਿਹਨਾਂ ਨੇ ਐਤਵਾਰ ਨੂੰ ਇੱਕ ਵਾਰੀ ਦੁਹਰਾ ਦੇ ਥੋੜ੍ਹੀ ਜਿਹੀ ਪਕੜ ਵਿੱਚ ਆ ਜਾਏਗੀ ਗੱਲ ਜਿਹਨਾਂ ਨੇ ਐਤਵਾਰ ਨੂੰ ਵਾਰ ਵਾਰ ਰੱਬ ਨੂੰ ਚੇਤਾ ਕੀਤਾ ਰੱਬ ਨੂੰ ਚੇਤਾ ਕਰਨ ਦਾ ਅਰਥ ਵੀ ਗੱਲ ਪਰ ਸਪਸ਼ਟ ਕੀਤਾ ਸੀ ਭਾਈ ਮੇਰਾ ਘਰ ਚ ਬੈਠ ਕੇ ਦੋ ਘੰਟੇ ਵਾਹਿਗੁਰੂ ਵਾਹਿਗੁਰੂ ਕਰਿਆ ਮੁਬਾਰਕ ਮੇਰਾ ਮਤਲਬ ਇਸ ਗੱਲ ਨਾਲ ਨਹੀਂ ਪਰ ਜੇ ਅੰਦਰ ਵਾਹਿਗੁਰੂ ਕਰਦੇ ਹੋ ਤੇ ਬਾਹਰ ਕੰਮ ਮਾੜੇ ਕਰਦੇ ਹੋ ਤੇ ਸਿਮਰਨ ਕੀਤਾ ਰੱਬ ਦੇ ਲੇਖੇ ਨਹੀਂ ਪੈਣਾ ਗੁਰੂ ਨੇ ਦੋ ਦਾਤਾਂ ਬਖਸ਼ਿਸ਼ ਕੀਤੀਆਂ ਨੇ ਹਜ਼ੂਰ ਨੇ ਦੋਵੇਂ ਗੱਲਾਂ ਨੂੰ ਬਰਾਬਰ ਰੱਖਿਆ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਅਸੀਂ ਨਿਰਮਲ ਕਰਮ ਤੂੰ ਜਦ ਛੱਡ ਦਿੰਦੇ ਹਾਂ ਨਾ ਇਹ ਧਰਮ ਦਾ ਅਧੂਰਾ ਪੱਖ ਹੈ ਇਹ ਪੂਰਾ ਧਰਮ ਨਹੀਂ ਹੈ ਧਰਮ ਤੇ ਉਹ ਸ੍ਰੇਸ਼ਟ ਹੈ ਜਿਹੜਾ ਕਰਮ ਵੀ ਨਿਰਮਲ ਕਰਦਾ ਤੇ ਰੱਬੀ ਯਾਦ ਵੀ ਬਰਕਰਾਰ ਰੱਖਦਾ ਮਾਲਕ ਨੂੰ ਯਾਦ ਕਰਕੇ ਕੋਈ ਕੰਮ ਕਾਰ ਕਰਦਾ ਉਹ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਸ਼ਬਦ ਕਹਿੰਦੇ ਜਿਹੜਾ ਇਵੇਂ ਵਾਰ ਵਾਰ ਰੱਬ ਦੇ ਗੁਣ ਗਾਉਂਦਾ ਹੈ ਗਾਉਂਦਿਆਂ ਗਾਉਂਦਿਆਂ ਇੱਕ ਵਕਤ ਆਉਂਦਾ ਉਹਦੀ ਕਾਇਆ ਜਿਹੜੀ ਨਾ ਉਹ ਮੰਦਰ ਬਣ ਜਾਂਦੀ ਹੈ ਉਹਦਾ ਸਰੀਰ ਹੀ ਹਰਿਮੰਦਰ ਬਣ ਜਾਂਦਾ ਹੈ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਲੂਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ ਇਹਦੇ ਅੰਦਰ ਬੜਾ ਕੁਝ ਲੁਕਿਆ ਪਿਆ ਪਰ ਮਨੁੱਖ ਇਹਦੀ ਭਾਲ ਨਹੀਂ ਕਰਦਾ ਸ਼ਰ ਕਹਿੰਦੇ ਵੀ ਇੱਕ ਵਕਤ ਆਏਗਾ ਜਦੋਂ ਉਹ ਆਪਣੇ ਅੰਤਰ ਆਤਮੇ ਆਪਣੇ ਉੱਠ ਦੇ ਫੁਰਲਿਆਂ ਨੂੰ ਦੇਖ ਕੇ ਮਾਲਕ ਅੱਗੇ ਅਰਦਾਸ ਕਰੇਗਾ ਮੈਂ ਤੇਰੇ ਚਰਨਾਂ ਵਿੱਚ ਜੁੜਨਾ ਚਾਹੁੰਦਾ ਇਹ ਅੰਧਕਾਰ ਪੁਰਨੇ ਵੇਲੇ ਜੁੜ ਨਹੀਂ ਦਿੰਦੇ ਤੇ ਫਿਰ ਇੱਕ ਵਕਤ ਆਏਗਾ
ਉਹ ਮਾਲਕ ਉਹਨੂੰ ਅੰਦਰੋਂ ਸ਼ਾਂਤ ਕਰ ਦੇਵੇਗਾ ਆਪਣੀ ਬਖਸ਼ਿਸ਼ ਦਾ ਪਾਣੀ ਲਾ ਕੇ। ਹੁਣ ਅੱਜ ਸੋਮਵਾਰ ਦੀ ਆਰੰਭਤਾ ਹੈ, ਸ਼ਾਇਦ ਸੋਮਵਾਰ ਨੂੰ ਕੀ ਕਹਿੰਦੇ ਨੇ, ਸੋਮਵਾਰ ਸਾਡਾ ਸਫਲ ਕਿਵੇਂ ਹੋ ਸਕਦਾ, ਸੋਮਵਾਰ ਨੂੰ ਸਾਨੂੰ ਕੀ ਕਰਨਾ ਚਾਹੀਦਾ। ਸਤਿਗੁਰੂ ਜੀ ਦਾ ਅੰਮ੍ਰਿਤ ਵਚਨ ਹੈ, ਸੋਮਵਾਰ ਸੱਸ ਅੰਮ੍ਰਿਤ ਝਰ ਹੈ। ਪਹਿਲਾਂ ਇੱਕ ਇੱਕ ਪੰਕਤੀ ਦੇ ਸ਼ਬਦ ਦੇ ਅਰਥ ਕਰਦੇ ਆਪਾਂ। ਜਿਹੜੇ ਦਿਨ ਨੇ ਨਾ, ਮੈਂ ਕੋਸ਼ਿਸ਼ ਕਰਾਂਗਾ ਬਾਕੀ ਸਮੇਂ 'ਚ ਵੀ ਤੁਹਾਡਾ ਸਾਂਝ ਪਾਵਾਂ, ਜਿਹੜੇ ਦਿਨ ਨੇ ਨਾ ਇਹ ਦਿਨ ਅਸਲ ਵਿੱਚ ਨੌ ਸੱਤ ਜਿਹੜੇ ਇਹ ਗ੍ਰਹਿ ਦੇ ਨਾਮ 'ਤੇ ਰੱਖੇ ਹੋਏ ਨੇ। ਸੱਤ ਦਿਨ ਹੀ ਜਿਵੇਂ ਐਤਵਾਰ ਆਦਿਤਵਾਰ, ਇਹਨੂੰ ਗੁਰਬਾਣੀ ਵਿੱਚ ਆਦਿਤ ਕਿਹਾ। ਐਤਵਾਰ ਅਸਲ ਵਿੱਚ ਸੂਰਜ ਦਾ ਦਿਨ ਹੈ, ਇੰਗਲਿਸ਼ ਵਿੱਚ ਸੰਡੇ ਕਹਿੰਦੇ ਆਪਾਂ। ਸਨ ਦਾ ਅਰਥ ਵੀ ਸੂਰਜ ਹੈ, ਸੂਰਜ ਦਾ ਦਿਨ ਸੰਡੇ, ਸੂਰਜ ਦਾ ਦਿਨ ਆਦਿਤ ਮਤਲਬ ਸੂਰਜ, ਸੂਰਜ ਵਾਲਾ ਦਿਨ। ਹੁਣ ਸੋਮਵਾਰ ਹੈ, ਸੋਮਵਾਰ ਸੋਮ ਦਾ ਅਰਥ ਅੱਖਰੀ ਅਰਥ ਹੈ ਚੰਦਰਮਾ। ਇਹ ਜਿਹੜਾ ਸੋਮਵਾਰ ਹੈ ਚੰਦਰਮਾ ਦਾ ਦਿਨ ਹੈ। ਮੈਂ ਨਹੀਂ ਕਹਿੰਦਾ ਵੀ ਨਾਨਕ ਜੀ ਨੇ ਰੱਖੇ, ਚਲੋ ਚੰਗੇ ਰੱਖੇ। ਆਪਾਂ ਇੰਗਲਿਸ਼ ਵਿੱਚ ਮੰਡੇ ਕਹਿੰਦੇ ਹਾਂ, ਮੰਡੇ ਮੂਨ ਮੀਨਸ ਚੰਦਰਮਾ, ਤੇ ਚੰਦਰਮਾ ਦਾ ਦਿਨ। ਹੁਣ ਇੱਕ ਗੱਲ ਸਪਸ਼ਟ ਹੈ ਕਿ ਦਿਨ ਜਿਹੋ ਜਿਹੇ ਮਰਜ਼ੀ, ਨਾ ਜਿਹੋ ਜਿਹੇ ਮਰਜ਼ੀ ਰੱਖੇ ਹੋ ਬਣ, ਸਭ ਕਹਿੰਦੇ ਵੀ ਇਹਦੇ ਨਾਲ ਫਰਕ ਨਹੀਂ ਪੈਣਾ, ਫਰਕ ਤੇਰੇ ਕਿਰਦਾਰ ਨਾਲ ਪੈਣਾ ਹੈ, ਫਰਕ ਤੇਰੇ ਕਿਰਦਾਰ ਨਾਲ ਪੈਣਾ। ਹੁਣ ਹੋਵੇ ਭਾਵੇਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ, ਕਿੱਡਾ ਪਵਿੱਤਰ ਦਿਨ ਹੋਵੇਗਾ, ਹੋਵੇ ਭਾਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਵਸ। ਪਰ ਜੇ ਮੈਂ ਸ਼ਰਾਬ ਪੀ ਕੇ ਨਾਲੀਆਂ ਚਲਾਉਂਦਾ ਫਿਰਦਾ ਤਾਂ ਮੇਰੇ ਲਈ ਤਾਂ ਉਹ ਨਰਕ ਵਾਲਾ ਹੀ ਹੈ ਨਾ, ਮੇਰੇ ਲਈ ਤਾਂ ਕੋਈ ਚੰਗਾ ਦਿਨ ਨਹੀਂ ਹੈ, ਉਹਦੇ ਲਈ ਕਿਵੇਂ ਚੰਗਾ ਹੋ ਸਕਦਾ। ਇਹ ਸਾਡਾ ਭਰਮ ਹੈ ਹਮੇਸ਼ਾ, ਮੈਂ ਆਪਣਾ ਜੀਵਨ ਕਿਵੇਂ ਗੁਜ਼ਾਰਿਆ। ਜੇ ਤੁਸੀਂ ਹਿਰਦਾ ਤਕੜਾ ਕਰਕੇ ਸੁਣੋ, ਮੈਂ ਹੋਰ ਵੀ ਗੱਲਾਂ ਕੀ ਸਾਂਝੀਆਂ ਕਰਾਂ ਤੁਹਾਡੇ ਨਾਲ। ਇਹ ਜਿਹੜੇ ਕਲਯੁਗ ਸਤਯੁਗ ਦੁਆਪਰ ਤ੍ਰੇਤੇ ਦੀ ਗੱਲ ਹੈ ਨਾ, ਗੁਰਮਤ ਇਹਨੂੰ ਵੀ ਨਹੀਂ ਮੰਨਦੀ, ਗੁਰਮਤ ਨਹੀਂ ਕਹਿੰਦੀ ਕਲਯੁਗ ਆਇਆ, ਗੁਰਮਤ ਇੱਕੋ ਹੀ ਗੱਲ ਮੰਨਦੀ, ਸੱਜਣਾ ਤੂੰ ਭਾਵੇਂ ਸਤਯੁਗ ਵਿੱਚ ਵੀ ਜਿਉਂਦਾ ਹੋਵੇ, ਜੇ ਤੂੰ ਗੁਰੂ ਤੋਂ ਟੁੱਟਿਆ ਹੋਇਆ, ਸਾਡਾ ਤੇ ਕਲਯੁਗ ਉਦੋਂ ਵਾਪਰਦਾ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੁੰਦਾ। ਸਾਡਾ ਤਾਂ ਕਲਯੁਗ ਇਹ ਹੈ, ਸਾਡਾ ਹਿੰਦੂ ਧਰਮ ਦੇ ਬ੍ਰਾਹਮਣ ਦੇ ਮੁਤਾਬਕ ਉਹ ਕਲਯੁਗ ਨਹੀਂ ਹੈ। ਸ਼ਾਇਦ ਕਹਿੰਦੇ ਤੂੰ ਤਾਂ ਲੋਕਾਂ ਨੂੰ ਭੁਲੇਖਾ ਪਾਉਣਾ, ਬਿਰਦੀਆਂ ਤੇਰੀਆਂ ਆਪਣੀਆਂ ਵਾਣੀਆਂ ਨੇ, ਤੂੰ ਦੋਸ਼ੀ ਬਣਾਉਣਾ, ਸਮੇਂ ਨੂੰ ਵੀ ਕਲਯੁਗ ਆ ਗਿਆ, ਅੱਜ ਕਦੇ ਕਮਜ਼ੋਰ ਹੈ। ਮਾਫ ਕਰਨਾ, ਇਹ ਗੱਲ ਕੁਛ ਵੀ ਨਹੀਂ ਹੈ, ਬਿਰਦੀ ਆਪਣੀ ਸਾਂਭਦਾ ਤੇ ਅੱਜ ਵੀ ਸਜਣਾ ਤੂੰ ਸਤਯੁਗ ਵਿੱਚ ਜਿਉਂਦਾ ਹੋ ਸਕਦਾ, ਬਿਰਦੀ ਤੇਰੀ ਮਾੜੀ ਹੈ ਤੇ ਦੋਸ਼ ਦੂਜਿਆਂ ਨੂੰ ਦੇਈ ਜਾਂਦਾ। ਗੁਰਮਤ ਬੜੀ ਸਪਸ਼ਟ ਲਫ਼ਜ਼ਾਂ ਵਿੱਚ ਕਹਿੰਦੀ ਹੈ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਕਿ ਸੋਮਵਾਰ ਨੂੰ ਤੈਨੂੰ ਕੀ ਕਰਨਾ ਚਾਹੀਦਾ। ਸੋਮਵਾਰ ਇਸ ਚੰਦਰਮਾ ਦਾ ਦਿਨ ਹੈ, ਸੋਮ ਦਾ ਦਿਨ ਹੈ, ਸੋਮਵਾਰ ਸੱਸ ਅੰਮ੍ਰਿਤ ਝਰ ਹੈ। ਸੱਸ ਦਾ ਅਰਥ ਵੀ ਚੰਦਰਮਾ ਹੈ। ਸੋਮਵਾਰ ਵਾਲੇ ਦਿਨ ਤੇਰੇ ਅੰਦਰ ਇੱਕ ਅੰਮ੍ਰਿਤ ਝਰੇਗਾ। ਇੱਕ ਅੰਮ੍ਰਿਤ ਫਿਰ ਤੁਹਾਡਾ ਦਿਨ ਹੈ। ਜਿਹੜੇ ਪੁਰਾਣੇ ਸਮੇਂ ਦੇ ਵਿਚਾਰ ਸਨ, ਮੈਨੂੰ ਪੂਰੀਆਂ ਸੱਸ ਹੈ, ਮੇਰੀ ਧੀਆਂ ਬੱਚੇ ਬੈਠੀਆਂ ਨੇ, ਪਰ ਤੁਸੀਂ ਮੇਰੇ ਬੱਚੇ ਬੈਠੇ ਹੋ, ਪਰ ਕੁਝ ਇੱਕ ਗੱਲਾਂ ਕਰਨੀਆਂ ਮੇਰੀ ਮਜ਼ਬੂਰੀ ਹੈ। ਕਿਸੇ ਨੇ ਕਿਹਾ ਵੀ ਅੰਮ੍ਰਿਤ ਜਿਹੜਾ ਨਾ ਉਹ ਚੰਦਰਮਾ ਤੋਂ ਚੜ੍ਹਦਾ ਹੈ, ਰੋਸ਼ਨੀ ਵੀ ਦਿੰਦਾ ਹੈ, ਸ਼ਾਂਤ ਵੀ ਹੈ, ਤਾਂ ਕਰਕੇ ਨੂੰ ਕਹਿ। ਕਿਸੇ ਨੇ ਕਹਿ ਦਿੱਤਾ ਅੰਮ੍ਰਿਤ ਜਿਹੜਾ ਉਹ ਇਸਤਰੀ ਦੇ ਹੋਠਾਂ ਵਿੱਚ ਹੈ। ਸਾਡੀਆਂ ਸਟੇਜਾਂ ਤੇ ਲੋਕ ਕਹਿੰਦੇ ਨੇ ਬਦਕਿਸਮਤ। ਕਿਸੇ ਨੇ ਕਹਿ ਦਿੱਤਾ ਅੰਮ੍ਰਿਤ ਜਿਹੜਾ ਹੈ ਉਹ ਇੱਕ ਕੌਸਰ ਨਾਂ ਦੇ ਚਸ਼ਮੇ ਤੋਂ ਚੱਲਦਾ। ਕਿਸੇ ਨੇ ਕੁਝ, ਕਿਸੇ ਨੇ ਕੁਝ ਕਿਹਾ। ਗੁਰਮਤਿ ਨੇ ਸਿਰਫ ਇੱਕੋ ਟਿਕਾਣਾ ਅੰਮ੍ਰਿਤ ਦਾ ਮੰਨਿਆ, ਔਰ ਉਹਦੀ ਪ੍ਰਾਪਤੀ ਦੇ ਸਾਧਨ ਦੋਨੇ ਗੱਲ ਵੱਖਰੀ ਹੈ। ਪਹਿਲਾ ਟਿਕਾਣਾ ਗੁਰਮਤਿ ਨੇ ਮੰਨਿਆ ਅੰਮ੍ਰਿਤ ਦਾ ਮਨੁੱਖ ਦੇ ਹਿਰਦੇ ਵਿੱਚ ਅੰਦਰ,
परे की प्राप्ति का साधन है खंडे बाटे की पहल जो सिखी का नियम है जां गुरबाणी नाल जुड़ के ये अंदर की पाठ करनी। हुण इस पंक्ति नूं समझे, अंदर खोटा अमृत भरिया, अंदर ढिखो भरिया पे अमृत का, शब्दे काट पीए पनहारी, पनहारी पीण वाली पानी भरन वाली, शब्द रूपी डोल दे नाल को अंदरों कट कट के अमृत पीवे। दूजी गल, घर जी में अमृत भरपूर है मन मुखा साधना पाया, ज्यो कस्तूरी मिर्ग ना जाने भरम का भरम भलाया, अमृत तज बिच संग्रह करता है आप खुआया, अमृत एको शब्द है नानक गुरमुख पाया। बाणी गुरु, गुरु है बाणी, बिच बाणी अमृत सारे। किसी वेल वक्त मिलिया तुसी स्पैलिंग जरूर नाल देखी चले, क्योंकि स्पैलिंग तो बिना असीं किते ना किते ठोकर खा जांगे, फिर पता नहीं लगेगा। अमृत दे सारे का अर्थ इत्थे संभाल करना है, सारे का अर्थ बहुते अमृत नहीं है, बहुत चंगी है शब्द। तुसी कदे ध्यान दे के देखियो, और ये उच्चारण भी मैं स्पष्ट कर दिया, मेरे को समय होंगे कि मैं उन्नी को गल करनी चाहना जिनी को अपन समय के कर सकी है। देखो शब्द को ध्यान रखियो, बाणी गुरु, गुरु है बाणी, विच बाणी अमृत तके उकड़ लगिया हुआ है, उन्हें सारे पासे कर देना है, उन्हें अपने नाम नहीं रखनी चाहिए। सारे का अर्थ होंगे संभाल करनी, गुरबाणी विच ही अमृत की संभाल करन दी जाच सिखाई हुई है। गुर इत विश्राम है, शब्द कठा नहीं है, गुर बाणी कह, गुरु जी बाणी कहते ने, इहदा अर्थ है गुरु जी बाणी कहते ने, गुर बाणी कह, गुरु जी ये बाणी कहते ने, केड़ी कहते ने, सेवक जन मन है, जे किते सेवक मन रवे इस बाणी नूं अंदरों मन लवे, गुर बाणी कह, सेवक जन मन है, प्रतख गुरु निस्तारे, उहनूं गुरु प्रतख रूप च बाह पकड़ के भव सागर तों पार कर दे। ਹੁਣ ਮੰਨਣ ਚ ਤਾਂ ਸੇਵਕ ਦੀ ਕਮੀ ਹੈ ਨਾ, ਗੁਰੂ ਦੇ ਵਿੱਚ ਤਾਂ ਕੋਈ ਕਮੀ ਨਹੀਂ। ਕਈਓ ਸੌ ਵਾਰ ਲੋਕਾਂ ਨੂੰ ਹੱਥ ਦਿਖਾ ਦਿਖਾ ਕੇ ਪੁੱਛਦਾ ਫਿਰਦਾ, ਗੁਰੂ ਨੂੰ ਕਦੇ ਬਾਣੀ ਪਕੜਾਉਂਦਾ। ਉਹ ਕਮਲਿਆ ਕਿਸੇ ਵਿਦਵਾਨ ਦਾ ਪੁੱਛਦਾ ਗੋਲ ਪੜ੍ਹ ਕੇ ਦੇਖ, ਉਹ ਕਹਿੰਦਾ ਭਰਿਆ ਕਿਸਮਤ ਹੱਥਾਂ ਦੀਆਂ ਰੇਖਾਵਾਂ ਵਿੱਚ ਨਹੀਂ ਲਿਖੀ ਹੁੰਦੀ, ਜਿਹਨਾਂ ਦੇ ਹੱਥ ਨਹੀਂ ਹੁੰਦੇ ਕਿਸਮਤ ਉਹਨਾਂ ਦੀ ਵੀ ਹੁੰਦੀ ਹੈ, ਕਿਸਮਤ ਹੱਥਾਂ ਦੀਆਂ ਰੇਖਾਵਾਂ 'ਚ ਨਹੀਂ ਹੁੰਦੀ। ਇਹ ਕਿਉਂ ਸ਼ੁਰੂ ਹੋਇਆ, ਮੈਂ ਕਿੰਨੇ ਕੁ ਤੁਹਾਡੇ ਨਾਲ ਹੱਥ ਗੱਲਾਂ ਬੋਲਾਂ, ਸ਼ੁਰੂ ਇਸ ਲਈ ਹੋਇਆ। ਅੱਜ ਦੇਖੋ ਤੁਸੀਂ ਪੜ੍ਹੇ ਲਿਖੇ ਹੋ, ਮਨੋਵਿਗਿਆਨ ਦਾ ਵਕਤ ਆ ਗਿਆ, ਉਹ ਤੁਹਾਡੇ ਮਨ ਨੂੰ ਪੜ੍ਹ ਕੇ ਉਹ ਤੁਹਾਡੇ ਫੇਰ ਸਰੀਰ ਨੂੰ ਲੈ ਕੇ ਤੁਹਾਡੀ ਗੱਲ ਦੱਸ ਦਿੰਦੇ ਨੇ। ਪੁਰਾਣੇ ਸਮੇਂ 'ਚ ਕੀ ਹੁੰਦਾ ਸੀ, ਜਿਹੜਾ ਬੰਦਾ ਬਹੁਤੇ ਕੰਮ ਕਰਦਾ, ਤੁਸੀਂ ਅੱਜ ਵੀ ਦੇਖਿਓ, ਜਿਹੜਾ ਬੰਦਾ ਬਹੁਤਾ ਕੰਮ ਕਰਦਾ ਉਹਦਾ ਹੱਥ ਘਰਨਾ ਹੋਏਗਾ, ਉਹਦੇ ਹੱਥ 'ਚ ਲਕੀਰਾਂ ਵਾਧੂ ਬਣੀਆਂ ਹੁੰਦੀਆਂ, ਅਤੇ ਉਹ ਜਿਹੜਾ ਬੰਦਾ ਇਹੋ ਜਿਹਾ ਹੁੰਦਾ ਸੀ, ਉਹ ਦੱਸਣ ਵਾਲਾ, ਉਹਨੇ ਹੱਥ ਪਕੜਨਾ, ਉਹਨੇ ਹੱਥ ਪਕੜ ਕੇ ਦੇਖ ਕੇ ਲਕੀਰਾਂ ਚਾਰ ਦੇਖ ਕੇ ਉਹਨੂੰ ਪਤਾ ਬੰਦਾ ਮਿਹਨਤੀ ਹੈ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਇਹਨੇ ਅਮੀਰ ਹੋ ਹੀ ਜਾਣਾ, ਅਤੇ ਉਹਨੇ ਕਹਿ ਦੇਣਾ ਵੀ ਸੰਨਾ ਤੇਰਾ ਆਉਣ ਵਾਲਾ ਸਮਾਂ ਬੜਾ ਚੰਗਾ, ਅਤੇ ਜਿਹਦੇ ਹੱਥ ਬੜੇ ਨਾਜ ਹੋਣ ਜਿਹਨੇ ਕੰਮ ਕੋਈ ਨਾ ਕੀਤਾ ਹੋਵੇ ਉਹਨੂੰ ਕਹੀ ਦੇਣਾ ਵੀ ਸੰਨਾ ਤੇਰਾ ਕੰਮ ਇੱਥੇ ਕੋਈ ਨਹੀਂ ਕਿ ਬਣਨਾ, ਤੂੰ ਕੋਈ ਆਪਣਾ ਉੱਪਰ ਆ ਜਾ, ਸੋਚ ਤੈਨੂੰ ਕੁਝ ਨਾ ਕੁਝ ਕਰਨਾ ਪੈਣਾ ਹੈ। ਫਿਰ ਉਹ ਆਰੇ ਆ ਦਿੰਦੇ ਸਨ ਕਿਸੇ ਨਾ ਕਿਸੇ, ਅਸਲ ਵਿੱਚ ਤਾਂ ਹੱਥ ਨੂੰ ਪਕੜ ਕੇ ਹੀ ਪਤਾ ਲੱਗ ਜਾਂਦਾ ਸੀ ਇਹਦੇ ਖਾਵਾਂ ਵਿੱਚ ਨਹੀਂ ਹੈ ਕਿਸਮਤਾਂ, ਰੱਬ ਇੱਡੀ ਗੱਲ ਨਹੀਂ ਵੀ ਹੱਥਾਂ ਦੇ ਵਿੱਚ ਕਿਸਮਤਾਂ ਦੇਖ ਕੇ ਭੇਜਦਾ ਹੋਵੇ, ਅਤੇ ਰੱਬ ਤੇ ਕਹਿੰਦਾ ਅਜੋ ਕੁਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਇਹ ਭਜਨ ਦੇ ਨਿਰਭੈ ਭਗ ਪਾਵੈ। ਜੇ ਸਾਡੀ ਜ਼ਿੰਦਗੀ ਬਦਲ ਵਾਸਤੇ ਗੁਰੂ ਬਣੇ ਹਾਰੀ ਗੁਰੀ ਆਪਣੇ ਦਿਹਾੜੀ ਸਰਵਾਰ, ਜਿਹਨ ਮਾਨਸ ਤੇ ਦੇਵ ਤੇ ਕੀਏ, ਗੁਰੂ ਕੋਲ ਆ ਕੇ ਬੈਠ ਕੇ ਤਾਂ ਦੇਖੋ, ਤੂੰ ਗੁਰੂ ਕੋਲ ਹੀ ਨਹੀਂ ਬੈਠਦਾ, ਤੂੰ ਬੈਠਦੀ ਪੰਡਤਾਂ ਕੋਲ, ਹੁਣ ਗੁਰੂ ਵਿਚਾਰਾ ਕੀ ਕਰੇ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ, ਅੰਧੇ ਇੱਕ ਨਾ ਲੱਗੇ ਜੋ ਬਾਤ ਵਜਾਈਏ ਫੂਕ, ਤੇ ਦੋਸ਼ ਗੁਰੂ ਨੂੰ ਦੇਣਾ, ਦੋਸ਼ ਗੁਰੂ ਨੂੰ ਦੇਣਾ ਹਮੇਸ਼ਾ। ਮੈਂ ਵਾਪਸ ਕਰਾਂ ਆਪਣੀ ਗੱਲ ਵੱਲ, ਸਾਹਿਬ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਕਹਿੰਦੇ ਸੋਮਵਾਰ ਤੇਰੇ ਅੰਦਰ ਅੰਮ੍ਰਿਤ ਝੜ ਲੱਗ ਪੈਣਾ, ਐਤਵਾਰ ਨੂੰ ਨਾਲ ਰੱਖਿਓ ਜੀ,
ਖਿੱਚਣਾ ਪੈਣਾ। ਐਤਵਾਰ ਨੂੰ ਕੀ ਹੋਇਆ ਸੀ, ਬਿਰਕੀ ਦਾ ਟਕਾਅ ਹੋਇਆ ਸੀ, ਬਿਰਕੀ ਟਿਕ ਗਈ ਅੰਦਰ ਤੇ ਅੰਦਰ ਇੱਕ ਅੰਮ੍ਰਿਤ ਝੜਨਾ ਹੈ, ਅੰਦਰ ਇੱਕ ਅੰਮ੍ਰਿਤ ਝੜਨਾ ਹੈ। ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ ਇਹ ਅੰਮ੍ਰਿਤ ਅੰਦਰ ਇੱਕ ਵਰਸਦਾ ਹੈ ਤੇ ਸਤਿਗੁਰ ਜੀ ਕਿਰਪਾ ਕਰਦੇ ਤੇ ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਵੀ ਮੈਂ ਇਸਦਾ ਵਿਸ਼ਰਾਮ। ਹੁਣ ਕੋਈ ਚੀਜ਼ ਇੱਕ ਛੋਟੀ ਜਿਹੀ ਕਰ ਸਕਦੇ ਨੇ, ਇਹ ਸਮਝਣ ਲਈ ਹੁੰਦੀਆਂ ਨੇ। ਇੱਕ ਬਜ਼ੁਰਗ ਮਾਤਾ, ਉਹਦੇ ਗੁਆਂਢ ਚ ਦੋ ਚਾਰ ਜਵਾਨ ਰਹਿੰਦੇ ਸਨ, ਉਹਨੇ ਬੜੇ ਅੰਦਾਜ਼ ਨਾਲ ਸਮਝਾਈ ਕਰ। ਇੱਕ ਬਜ਼ੁਰਗ ਮਾਤਾ, ਸ਼ਾਮ ਦਾ ਵਕਤ ਹੋਇਆ, ਰਾਤ ਦਾ ਵਕਤ ਹੋਇਆ, ਸਟਰੀਟ ਲਾਈਟ ਜਗੀ ਤੇ ਉੱਥੇ ਆ ਕੇ ਘੁੰਮਣ ਲੱਗ ਪਈ। ਉਹ ਗੁਆਂਢ ਦੇ ਦੋ ਚਾਰ ਨੌਜਵਾਨ ਉਦੋਂ ਨਿਕਲੇ ਤੇ ਉਹਨਾਂ ਨੇ ਵੇਖਿਆ ਵੀ ਮਾਤਾ ਬੜੀ ਸਿਆਣੀ ਹੈ, ਟੰਗੀ ਹੈ, ਸੂਝ ਬੂਝ ਹੈ, ਬੜਾ ਪਿਆਰ ਕਰਦੀ ਹੈ ਔਰ ਇਹਦੀ ਸੇਵਾ ਕਰੀ। ਉਹਨੂੰ ਪੁੱਛਿਆ, ਮਾਂ ਕੀ ਲੱਭ ਨਹੀਂ ਹੈ? ਕਹਿੰਦੇ ਵੀ ਪੁੱਤ ਸੂਈ ਗੁਆਚ ਗਈ, ਉਹ ਲੱਭ ਨਹੀਂ ਹੈ। ਤੇ ਮਾਂ ਹੁਣ ਕਦੇ ਇੱਧਰ ਚਲੀ ਜਾਏ, ਕਦੇ ਉੱਧਰ ਚਲੀ ਜਾਏ, ਕੁਝ ਉੱਧਰ ਚਲੀ ਜਾਏ, ਸੂਈ ਛੋਟੀ ਹੈ। ਨੌਜਵਾਨ ਆਖਿਆ, ਮਾਂ ਅਸੀਂ ਲੱਭਦੇ ਨੇ ਸੂਈ, ਪਰ ਤੂੰ ਕੋਈ ਟਿਕਾਣਾ ਤਾਂ ਦੱਸ ਕਿਤੇ ਦੇਗੀ, ਕੋਈ ਥੋੜ੍ਹਾ ਬਹੁਤਾ ਅੰਦਾਜ਼ਾ? ਤੂੰ ਕਦੇ ਇੱਧਰ ਚਲੇ ਜਾਣੀ, ਕਦੇ ਇੱਧਰ ਚਲੇ ਜਾਣੀ, ਏਡੀ ਦੂਰ ਤਾਂ ਸੂਈ ਡਿੱਗੀ ਨਹੀਂ ਹੋਣੀ, ਕਿੱਥੇ ਕੋਈ ਡਿੱਗੀ, ਅਸੀਂ ਉੱਥੇ ਕਿਤੇ ਭਾਲੀਏ। ਉਹ ਮਾਂ ਕਹਿੰਦੇ ਵੀ ਡਿੱਗੀ ਤੇ ਅੰਦਰ ਮੇਰੇ ਘਰ ਹੈ, ਡਿੱਗੀ ਤੇ ਸਾਡੇ ਘਰ ਚ ਸੀ। ਕਹਿੰਦੇ ਕਿ ਮਾਂ ਕਮਾਲ, ਡਿੱਗੀ ਸੂਈ ਘਰ ਚ ਤੇ ਭਾਲਦੀ ਇੱਥੇ ਫਿਰਨੀ ਹੈ। ਉਹਨੇ ਆਖਿਆ, ਮੈਂ ਸੋਚਿਆ ਇੱਥੇ ਚਾਨਣ ਹੈ, ਚਲੋ ਇੱਥੇ ਭਾਲਣੇ ਨੇ, ਤਾਂ ਕੀ ਹੋਇਆ ਸੂਈ ਡਿੱਗੀ ਭਾਵੇਂ ਕਰਦਾ। ਕਹਿਣ ਲੱਗੇ, ਮਾਂ ਤੂੰ ਕਮਣੀ ਹੈ? ਕਹਿਣ ਲੱਗੀ, ਪੁੱਤ ਮੈਂ ਨਹੀਂ ਕਮਣੀ, ਸਰਬ ਸੰਸਾਰ ਹੀ ਕਮਣਾ। ਕੀਜ ਪਈ ਕਿੱਥੇ ਹੈ, ਭਾਲਦਾ ਕਿੱਥੇ ਫਿਰਦਾ, ਤੁਸੀਂ ਆਪ ਸੋਚੋ। ਅੰਮ੍ਰਿਤ ਪਿਆ ਕਿੱਥੇ ਹੈ ਤੇ ਭਾਲਦਾ ਕਿੱਥੇ ਫਿਰਦਾ? ਇਹ ਜੇ ਧਾਰੀਆਂ ਕੋਲ ਫਿਰਦਾ, ਸ਼ਾਇਦ ਉਹ ਮੇਰੇ ਅੰਦਰ ਅੰਮ੍ਰਿਤ ਕੋਈ ਚਲਾ ਲੈਣ। ਔਰ ਇਹੋ ਜਿਹੇ ਭਾਰੂ ਭੁਲੇਖੇ ਪਾਏ ਵੀ ਜਾਂਦੇ ਨੇ। ਗੁਰਦੇਵ ਕਹਿੰਦੇ ਨੇ, ਸੱਜਣਾ ਤੂੰ ਆਪ ਖੋਜ, ਮੈਂ ਤੈਨੂੰ ਦੇਵੀ ਦੇਵਤਿਆਂ ਦੇ ਮਗਰ ਨਹੀਂ ਲਾਇਆ, ਮੈਂ ਤੈਨੂੰ ਖੁਦ ਨੂੰ ਹੀ ਦੇਵਤਾ ਬਣਾਇਆ। ਬੜੇ ਰਾਜੀ ਗੁਰੇ ਆਪਣੇ ਦਿਓ ਵਾੜੀ ਸਤਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਦਣਾ ਲਾਗੀ ਵਾਰ, ਮੈਂ ਤੈਨੂੰ ਖੁਦ ਨੂੰ ਹੀ ਦੇਵਤਾ ਬਣਾਤਾ, ਤੂੰ ਆਪਣੇ ਅੰਦਰੋਂ ਪਾਲਿਸ਼ ਕਰ ਲਓ, ਤੂੰ ਕਿਉਂ ਕਿਸੇ ਨੂੰ ਭੱਜਿਆ ਭੜਕਦਾ ਬਣਨਾ। ਜਿਹਨੇ ਅੰਦਰ ਮਿਰਤੀ ਟਿਕਾਈ, ਉਹਦੀ ਅਗਲੀ ਸਟੇਜ, ਉਹਦਾ ਅਗਲਾ ਦਿਨ ਸੋਮਵਾਰ ਹੈ। ਸੋਮਵਾਰ ਨੂੰ ਚੰਦਰਮਾ ਤੋਂ ਕੋਈ ਨਹੀਂ ਡਿੱਗਣਾ, ਇਹ ਜਿਹੜਾ ਅੰਮ੍ਰਿਤ ਹੈ ਚੰਦਰਮਾ ਤੋਂ ਕੋਈ ਨਹੀਂ ਡਿੱਗਣਾ, ਇਹ ਤੇਰੇ ਅੰਦਰ ਹੀ ਡਿੱਗਣਾ। ਜਿੰਨਾ ਉੱਧਰ ਜਾਏਗਾ ਨਾ, ਆਪਣੇ ਆਪਣੇ ਆਪ ਦੇ ਕੋਲ ਵੇਖੇਗਾ, ਆਪਣੇ ਆਪ ਨੂੰ ਟਿਕਾਏਗਾ। ਤੁਸੀਂ ਕਦੇ ਦੇਖਿਓ ਬੰਦੇ ਦੀ ਕਦੇ ਕਿਸਮਤੀ ਹੈ, ਸਭ ਤੋਂ ਘੱਟ ਸਮਾਂ ਇਹ ਆਪਣੇ ਕੋਲ ਨਹੀਂ ਹੈ, ਕਦੇ ਦੇਖਿਓ ਸਭ ਤੋਂ ਘੱਟ ਸਮਾਂ ਇਹ ਆਪਣੇ ਕੋਲ ਨਹੀਂ ਹੈ। ਹੁਣ ਵੀ ਤੁਹਾਨੂੰ ਬੜੇ ਨਾਲੇ ਲਾਉਂਦੇ ਹੋਣਗੇ ਲੋਕ ਵੀ ਤੁਹਾਡੀ ਪਰੇਸ਼ਾਨੀਆਂ ਦਾ ਹੱਲ ਅਸੀਂ ਲੱਭ ਕੇ ਦੇ ਦਿੰਦੇ, ਪਰ ਅਸੀਂ ਇਹੋ ਜਿਹੇ ਵੀ ਜਿਹੜੇ ਦੇਹਧਾਰੀਆਂ ਦੀ ਗੱਲ ਤੇ ਮੰਨਦੇ ਨੇ, ਗੁਰੂ ਦੀ ਨਹੀਂ ਨਾ ਮੰਨਦੇ। ਗੁਰੂ ਤੇ ਕਹਿ ਰਿਹਾ ਹੈ, ਬੰਦੇ ਖੋਜ ਦਿਨ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਰ ਗੁਰੂ ਦੀ ਗੱਲ ਹੈ, ਸਾਨੂੰ ਇਤਬਾਰ ਕੋਈ ਨਹੀਂ, ਇਹ ਸਾਨੂੰ ਭਰੋਸਾ ਕੋਈ ਨਹੀਂ। ਹੁਣ ਗੁਰੂ ਕਹਿੰਦੇ ਨੇ ਵੀ ਤੂੰ ਆਪਣੇ ਦਿਲ ਨੂੰ ਖੋਜ ਕੇ ਦੇਖ, ਆਪਣੇ ਅੰਦਰ ਨੂੰ ਖੋਜ ਕੇ ਦੇਖ, ਆਪਣੇ ਅੰਦਰ ਨੂੰ ਖੋਜ ਕੇ ਦੇਖ। ਉਹ ਬਾਣੀ ਹੈ ਜਿਹਨੂੰ ਭਾਈ ਮਤੀ ਦਾਸ ਨੇ ਪੜ੍ਹ ਕੇ ਆਲੇ ਦੇ ਦੰਦਿਆਂ ਥੱਲੇ ਵੀ ਸਿੱਖੀ ਸਾਬਤ ਰੱਖ ਲਈ। ਇਹ ਉਹ ਬਾਣੀ ਹੈ ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਪੜ੍ਹ ਕੇ ਆਪਣੇ ਮੂੰਹ ਚ ਪੁੱਤਾਂ ਨੇ ਕਲੇਜੇ ਪਵਾ ਲਏ। ਇਹ ਉਹ ਬਾਣੀ ਹੈ ਜਿਹਨੂੰ ਪੜ੍ਹ ਕੇ ਭਾਈ ਤਾਰੂ ਸਿੰਘ ਵਰਗੇ ਖੋਪਰੀਆਂ ਗਵਾ ਲੈਂਦੇ ਨੇ। ਇਹ ਉਹ ਬਾਣੀ ਹੈ ਜਿਹਨੂੰ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਆਪਣੇ ਚਾਰੇ ਪੁੱਤਰਾਂ ਦੀ ਸ਼ਹਾਦਤ ਤੇ ਕੱਖ ਤੋਂ ਅੱਥਰੂ ਵੀ ਨਹੀਂ ਚੀਰਦਾ, ਤੂੰ ਉਸ ਬਾਣੀ ਤੇ ਭਰੋਸਾ ਨਹੀਂ ਕਰਦਾ ਕਮਲੇ, ਉਸ ਰੱਬ ਦੀ ਬਾਣੀ ਤੇ ਭਰੋਸਾ ਨਹੀਂ ਕਰਦਾ। ਸਾਹਿਬ ਕਹਿੰਦੇ ਵੀ ਸੋਮਵਾਰ ਨੂੰ ਵੀ ਗੁਜ਼ਾਰ, ਇੰਨੇ ਕੁ ਟਕਾ ਚ ਗੁਜ਼ਾਰ, ਇਹਦੇ ਅੰਦਰ ਤੈਨੂੰ ਪ੍ਰਤੀਤ ਹੋਵੇ ਜਿਵੇਂ ਮੇਰਾ ਅੰਦਰ ਅੰਮ੍ਰਿਤ ਨਾਲ ਭਰਿਆ ਹੋਇਆ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ, ਕਦੇ ਖਿਆਲ ਕਰਕੇ ਦੇਖਿਓ ਤੁਸੀਂ ਇਸ ਗੱਲ ਬਾਰੇ। ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਜਿਸ ਤਰ੍ਹਾਂ ਤੂੰ ਸੱਤ ਚੀਜ਼ਾਂ ਆਪਣੀਆਂ ਵਸ ਵਿੱਚ ਕਰ ਰਹੀਆਂ ਨਾ, ਫਿਰ ਯਕੀਨ ਕਰਕੇ ਜਾਣੀ ਤੇਰੀ ਦੇਹੀ ਦੇ ਅੰਦਰ ਮੈਂ ਅੰਮ੍ਰਿਤ ਰੱਖ ਦਿਆਂਗਾ, ਤੇਰੀ ਦੇਹੀ ਅੰਦਰ ਅੰਮ੍ਰਿਤ ਰੱਖ ਦਿਆਂਗਾ। ਸਤਿਗੁਰ ਜੀ ਦਾ ਅੰਮ੍ਰਿਤ ਬਚਨ ਹੈ। ਸੱਤ ਚੀਜ਼ਾਂ ਕਿਹੜੀਆਂ ਨੇ?
आराम नाल करने पड़े। जट पहाड़ा धीरज सुनियार आहरण मत वेद हथियार पाओ खला अगर तपताओ भांडा पाओ। यह हम कहते भांडा तैयार किया पाओ का प्यार का प्रेम का भांडा पाओ। जट पहारा दुकान का नाम एक उदाहरण है सुनियारे की दुकान का जिक्र है। जट पहारा धीरज सुनियार फिर धीरज सुनियारे वर्गा रख देख सुनियारा कि कलाकारी करता है वो काला देनी ना पैदा सियाने लोगों ने एक गल कह दी कोई सौ सुनियार की एक लोहार की जेड़ी वो एक सट मार के काम करता है उन सौ सट्टा मार के कलाकारी करता है एक की थान से सौ सट्टा मारता है कितना धीरज है। अभी कल जपजी साहब पढ़ते परसों पूछा जैसे मैनू जपजी साहब पढ़े का कोई असर ही नहीं होंगे मेरे का गुरु सुनता ही नहीं पता नहीं रब की मां मारे ने यह जो शब्द असं अपने दिल में बोलते हैं वो भरिया तू उस गुरु को कहना है जेड़ा गुरु पर पर तेन याद करना। सतगुर सिख को जी नाल समझते असी तो मूह भी याद कर सकते गुरु कदे मूहो याद नहीं करता गुरु सानू चित्तों याद करता है मेरा पुत नहीं आया गुरु के अंदर याद करता है। भांडा पाओ यह हम भांडा प्रेम का तैयार हो गया। अमृत तित ढाल हूँ गुरु ने अमृत पाना है वो भरिया तू अपना भांडा तो सवार नहीं गुरु को दोष दे जाना मेरे अंदर अमृत नहीं मिलता। यह सत चीजा काबू च करके लेके आ गुरु तेरा भांडा अमृत ना भर देगा बाहर किधर भटकन की लोड़ नहीं अपने अंदर ही अमृत है और यो अमृत है यो अमृत है जेड़ा साड़ी जमीर नू कदी नहीं मरन देता यो अमृत है जेड़ा सूर वीर बदल के बलि बनाउंदा है यो अमृत है जेड़ा सानू अंदरों कदे लुटन नहीं देता यो अमृत है जेड़ा बाहर दुनिया विचों पैदा नहीं होना। सतगुरु गुरु अमरदास जी आखते ने कहते ये अमृत गुरु को मिलता है सुर नर मुन जन अमृत खोज दे सो अमृत गुर ते पाया पाया अमृत गुर कृपा किन्नी इसानी है सच्चा मन वसाया गुरु की कृपा हुई सुर नर मुन जन अमृत खोज दे सो अमृत गुरते पाया पाया अमृत गुर कृपा किन्नी सच्चा मन वसाया जी जंत सब तुद उपाए इक वेख परसण आया लप हुण तब्दीली आ रही है अंदर लप लप दा अर्थ हुंदा चसके निंदा दा चसका खाण दा चसका देखण दा चसका सुणन दा चसका चस्किया सोची निकल नहीं सकते जिन्हें चे गुरु कृपा न करे लभ लोभ अहंकार तज तृष्णा बहुत नाही बोलना एच लभ लोभ अहंकार चुका माफ करना लभ लोभ अहंकार चुका सतगुर भला पाया सतगुरु भला लगन लग पे हूं जिन्हें मेरे अंदर सुधार कर दिता सोमवार किवें बतीत होना है सह कहने सोमवार सस अमृत चा है सोमवार वो है जिस दिन तेरे अंदर बिरती का टका बन गया तेरे अंदर अमृत डिगन लग पैना है अंदर अमृत झड़न लग पैना है चिम चिम वर्ष है अमृत धारा मन पीवे सुन शब्द विचारा। शायद तुम कभी ख्याल करके देखियो निर्मलिया तो पहला जो गुरुद्वारे महंता के दिन हुए इन्हों तो पहला हरिमंदर साहब के अंदर कथा होंगी सी ये साडा इतिहास है। ज्ञानी सूरत सिंह चरियोग पिंड के ज्ञानी संत सिंह ज्ञानी गुरमुख सिंह ये पहले कथावाचक ने दरबार साहब के हरिमंदर साहब के अंदर कथा होंगी सी मुड़ के महंता ने किसे बोलन लग पे
ਕਿ ਜੋ ਬੁਰਾ ਕਰਕੇ ਸਾਨੂੰ ਦੱਸਣ ਲੱਗ ਪਏ ਇਹਨਾਂ ਕੱਖੀ ਬੰਦ ਕਰਵਾਤੀ। ਉਸ ਤੋਂ ਬਾਅਦ ਨਹੀਂ ਉੱਥੇ ਕਥਾ ਹੋਣ ਦਿੱਤੀ ਤੇ ਗੱਲ ਸਾਨੂੰ ਇਹ ਪੜ੍ਹਾ ਦਿੱਤੀ ਗਈ ਵੀ ਉੱਥੇ ਅੰਦਰ ਕਥਾ ਨਹੀਂ ਹੋ ਸਕਦੀ। ਮਾਫ਼ ਕਰਨਾ, ਅੰਦਰ ਕਥਾ ਹੁੰਦੀ ਸੀ। ਜਿਹੜੀ ਗੱਲ ਗੁਰਮਤ ਦੀ ਸਵੇਰੇ ਵਿਚਾਰ ਤੋਂ ਸ਼ੁਰੂ ਹੁੰਦੀ ਹੋਵੇ ਅੰਮ੍ਰਿਤ ਵੇਲਾ ਸਾਢੇ ਨੌ ਵੜਿਆ ਹੀ ਵਿਚਾਰ ਤੇ ਸ਼ਾਮ ਦੀ ਜਿਹਦੇ ਵਿਚਾਰ ਤੇ ਪੈਂਦੀ ਹੋਵੇ ਥਾਲ ਵਿੱਚ ਤਿੰਨ ਵਸਤੂ ਪਹਿਲੋ ਸੱਤ ਸੰਤੋਖ ਵਿਚਾਰੋ। ਜਿਹੜੀ ਸੁਬਾਹ ਵਿਚਾਰ ਤੋਂ ਸ਼ੁਰੂ ਹੁੰਦੀ ਹੈ, ਜਿਹੜੀ ਸ਼ਾਮ ਵਿਚਾਰ ਤੋਂ ਸ਼ੁਰੂ ਹੁੰਦੀ ਹੈ, ਜਿਹਦੇ ਗੁਰੂ ਦੇ ਦਰਸ਼ਨ ਵਿਚਾਰ ਵਿੱਚ ਨੇ, ਸਤਿਗੁਰੂ ਨੂੰ ਸਭ ਕੋ ਦੇਖਦਾ। ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜਿੱਦਣ ਸ਼ਬਦ ਨਾ ਕਰੇ ਵਿਚਾਰ, ਉਸੇ ਕੌਮ ਨੂੰ ਵਿਚਾਰ ਤੋਂ ਤੋੜ ਦਿੱਤਾ ਹੈ ਭਲਾ ਕਿਸੇ ਦੇ। ਹੁਣ ਇੱਧਰ ਜਿਹੜੇ ਅਖੌਤੀ ਅੱਜ ਆਪਾਂ ਵੇਖਦੇ ਹਾਂ ਕਿਸੇ 31 ਖੰਡ ਪੜ੍ਹ ਸਕਦਾ ਨੇ ਜੀ, ਇੱਥੇ 101 ਖੰਡ ਪੜ੍ਹ ਸਾਹਿਬ ਹੋ ਰਿਹਾ ਜੀ। ਉਹਨਾਂ ਨੂੰ ਬੇਨਤੀ ਕਰੀਏ ਭਾਈ ਤੁਸੀਂ 101 ਪਰਿਵਾਰ ਇਕੱਠਾ ਕਰ ਲਓ, ਅਖੰਡ ਪਾਠ ਸਾਹਿਬ ਇੱਕੋ ਹੀ ਕਰ ਲਓ ਤੇ ਮੁੜ ਕੇ ਜਿਹੜੇ ਦਿਨ ਨੇ ਨਾ ਗੁਰਬਾਣੀ ਵਿਚਾਰ ਲਵੋ। ਤੁਹਾਡਾ ਬੱਚਾ ਵੀ ਨਹੀਂ ਮੰਨੇਗਾ। ਜਿਹੜੇ ਅਮੀਰ ਲੋਕ ਨੇ ਨਾ ਆਪਣੇ ਬੱਚਿਆਂ ਨੂੰ ਬਹੁਤ ਸੁੱਖ ਸਹੂਲਤਾਂ ਦਿੰਦੇ ਨੇ, ਤੇ ਤੁਸੀਂ ਆਪਣੇ ਕਿਸੇ ਅਮੀਰ ਨੂੰ ਪੁੱਛ ਕੇ ਦੇਖੋ ਵੀ ਭਰਿਆ ਤੂੰ ਬਾਕੀ ਸਾਰੇ ਆਪਣੇ ਪਰਿਵਾਰ ਨੂੰ ਕੋਈ ਕੰਮ ਨਹੀਂ ਕਰਨ ਦਿੰਦਾ, ਆਪਣੇ ਬੱਚਿਆਂ ਨੂੰ ਕੋਈ ਕੰਮ ਨਹੀਂ ਕਰਨ ਦਿੰਦਾ, ਇਹਦੇ ਸੌਣ ਲਈ, ਇਹਦੇ ਖਾਣ ਲਈ, ਇਹਦੇ ਪਹਿਨਣ ਲਈ ਸਭ ਕੁਝ ਪ੍ਰਬੰਧ ਕਰਨ ਲਈ ਨੌਕਰ ਰੱਖੇ ਹੋਏ ਨੇ, ਤੇ ਇੱਕ ਨੌਕਰ ਤੂੰ ਉਹ ਕਿਉਂ ਨਹੀਂ ਰੱਖ ਲੈਂਦਾ ਵੀ ਸਕੂਲ ਹੀ ਨਾ ਜਾਣਾ ਪਵੇ। ਇੰਨੀਆਂ ਸੁੱਖ ਸਹੂਲਤਾਂ ਆਪਣੇ ਬੱਚਿਆਂ ਨੂੰ ਦਿੱਤੀਆਂ ਨੇ, ਇੱਕ ਨੌਕਰ ਹੋਰ ਰੱਖ ਲਓ, ਸਕੂਲ ਜਾਇਆ ਕਰੇ ਦੋ ਚਾਰ ਘੰਟੇ। ਉਹ ਜਵਾਬ ਦੇਵੇਗਾ ਅਮੀਰ ਵੀ ਜੇ ਬੱਚਾ ਸਕੂਲ ਨਾ ਨਾ ਗਿਆ, ਇਹ ਸ਼ਬਦ ਇਹਨੇ ਨਾ ਨਾ ਪੜ੍ਹੇ, ਇਹਨੇ ਨਾ ਨਾ ਵਿਚਾਰੇ, ਤੇ ਨੌਕਰ ਤੇ ਮੈਂ ਰੱਖ ਲਾਂਗਾ ਪਰ ਹੁਸ਼ਿਆਰ ਨੌਕਰ ਹੀ ਹੋਣਾ, ਮੇਰਾ ਬੱਚਾ ਰਹਿ ਜਾਣਾ। ਆਪਾਂ ਇਹ ਗੱਲ ਕਦੇ ਕਿਸੇ ਨੂੰ ਕਿਉਂ ਨਹੀਂ ਸਿਖਾਉਂਦੇ ਵੀ ਸਜਣਾ ਬਾਣੀ ਤੇ ਮੈਂ ਪੜ੍ਹ ਦਿਆਂਗਾ, ਤੁਸੀਂ ਲਿਖਵਾ ਕੇ ਚਲੇ ਜਾਓ ਬਾਣੀ ਮੈਂ ਪੜ੍ਹ ਦਿਆਂਗਾ। ਮੈਨੂੰ ਪਤਾ ਤੁਸੀਂ ਜਿਸ ਦਿਨ ਭੋਗ ਪੈਣਾ ਉਸ ਦਿਨ ਵੀ ਕਹਿਣਾ ਵੀ ਭਾਈ ਸਾਹਿਬ ਜੀ ਸਲੋਕ ਕਿੰਨੇ ਵਜੇ ਸ਼ੁਰੂ ਕਰਨੇ ਨੇ, ਤੁਸੀਂ ਕਹਿੰਦੇ ਹੋ 9 ਵਜੇ, ਉਹ ਕਹੇਗਾ ਨਹੀਂ ਮੇਰੇ ਕੋਲ 10 ਵਜੇ ਆਉਣਾ, ਠਹਿਰ ਜਾਓ। ਹੁਣ ਤੇ ਬੰਦਾ ਗੁਰੂ ਨੂੰ ਰੋਕੀ ਖੜਾ ਮੈਨੂੰ ਮਾਫ਼ ਕਰਿਓ ਜੀ, ਤੇ ਜੇ ਕਰਨਾ ਨੇ ਨਾ ਫਿਰ ਮਾਫ਼ ਕਰਿਓ ਜੀ। ਇਹ ਉਸ ਵਿਦਿਆਰਥੀ ਵਰਗੀਆਂ ਹੀ ਨੇ ਜਿਹੜਾ ਆਪਣੀ ਥਾਂ ਤੇ ਕਿਸੇ ਨੂੰ ਕਹਿ ਦਿੰਦਾ ਅਸੀਂ ਸਿਖਾਈਏ ਵੀ ਭਲਿਆ ਬਾਣੀ ਤੇ ਮੈਂ ਪੜ੍ਹ ਦਿਆਂਗਾ, ਪਰ ਇਹ ਤੇਰੇ ਕੋਲੋਂ ਭੇਟਾ ਦੇ ਕੇ ਖਰੀਦੀ ਨਹੀਂ ਜੇ ਜਾਣੀ, ਇਹ ਤੂੰ ਮੇਰਾ ਸਮਾਂ ਖਰੀਦਿਆ, ਜਿੰਨਾ ਸਮਾਂ ਮੈਂ ਬਾਣੀ ਪੜ੍ਹੀ ਆਪਣੀ ਜ਼ਿੰਦਗੀ ਦਾ ਸਮਾਂ ਦਿੱਤਾ, ਤੂੰ ਮੇਰੀ ਜ਼ਿੰਦਗੀ ਦਾ ਸਮਾਂ ਖਰੀਦਿਆ। ਕਿਉਂਕਿ ਤੁਸੀਂ ਕਿਸੇ ਨਾਲ ਵੀ ਅਪੁਆਇੰਟਮੈਂਟ ਬਣਾਉਂਦੇ ਹੋ, ਵਕੀਲ ਨਾਲ ਬਣਾਉਂਦੇ ਹੋ, ਕਿਸੇ ਨਾਲ ਵੀ ਬਣਾਉਂਦੇ ਹੋ, ਕੀ ਲੈਂਦੇ ਹੋ ਉਹਦਾ ਸਮਾਂ ਲੈਂਦੇ ਹੋ, ਤੁਸੀਂ ਕਾਨੂੰਨ ਨਹੀਂ ਖਰੀਦ ਕੇ ਲੈ ਕੇ ਆਉਂਦੇ, ਉਹਦੇ ਕੋਲੋਂ ਕਾਨੂੰਨ ਦੀ ਸਲਾਹ ਉਹਦਾ ਸਮਾਂ ਲੈ ਕੇ ਆਉਂਦੇ। ਇਸੇ ਤਰ੍ਹਾਂ ਜਦੋਂ ਕੋਈ ਕਥਾ ਕੀਰਤਨ ਕਰਦਾ, ਕੋਈ ਪਾਠ ਕਰਦਾ, ਇਹ ਪਾਠ ਕਥਾ ਕੀਰਤਨ ਦਾ ਮੁੱਲ ਨਹੀਂ, ਉਸ ਬੰਦੇ ਦੀ ਜ਼ਿੰਦਗੀ ਦੇ ਸਮੇਂ ਦਾ ਮੁੱਲ ਹੈ। ਤੇ ਤੁਸੀਂ ਸਮਾਂ ਤੇ ਖਰੀਦ ਲੈਂਦੇ ਹੋ, ਪਰ ਮਾਪਦਾ ਨਾ ਪਾਠ ਨਹੀਂ ਜੇ ਖਰੀਦਿਆ ਜਾਣਾ, ਇਹ ਭੁਲੇਖ ਹੈ। ਤਾਂ ਗੁਰਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸੋਮਵਾਰ ਸੱਸ ਅੰਮ੍ਰਿਤ ਚੜ੍ਹੇ, ਸੋਮਵਾਰ ਤੇਰਾ ਇਵੇਂ ਬਤੀਤ ਹੋਵੇ ਖੁਸ਼ੀ ਖੇੜੇ ਵਿੱਚ, ਤੇਰੇ ਅੰਦਰ ਅੰਮ੍ਰਿਤ ਵਰਸਦਾ ਹੋਵੇ, ਇਵੇਂ ਦਾ ਦਿਨ ਲੰਘੇ ਤੇਰਾ, ਜਿਹੜੇ ਅੰਦਰ ਤੇਰੇ ਗੁਣ ਨੇ, ਚੰਗੇ ਕੰਮ ਨੇ, ਉਹ ਤੈਨੂੰ ਅੰਦਰੋਂ ਇੱਕ ਸੱਚੀ ਖੁਸ਼ੀ ਦੇਣਗੇ, ਸੱਚਾ ਪਰਮ ਆਨੰਦ ਦੇਣਗੇ, ਜੀਵਨ ਵਿੱਚ ਇੱਕ ਪਰਮ ਸੁੱਖ ਦੇਣਗੇ। ਇਹਦਾ ਹੀ ਨੌ ਅੰਮ੍ਰਿਤ ਚੜ੍ਹਨਾ, ਅੰਦਰ ਤੇਰੇ ਇੱਕ ਖੁਸ਼ੀ ਨਸੀਬ ਹੋਵੇਗੀ। ਸੋਮਵਾਰ ਸੱਸ ਅੰਮ੍ਰਿਤ ਚੜ੍ਹੈ, ਚਾਖਤ ਬੇਗ ਸਗਨ ਬਿਖ ਹਰੈ। ਇੱਕ ਇੱਕ ਸ਼ਬਦ ਦੇ ਅਰਥ ਸਮਝਣਾ, ਚਾਖ ਦਾ ਅਰਥ ਹੁੰਦਾ ਚੱਖਦਿਆਂ, ਜ਼ਬਾਨ ਤੇ ਲਾਉਂਦਿਆਂ ਸਾਰੇ। ਜਦੋਂ ਉਹ ਅੰਮ੍ਰਿਤ ਦਾ ਰਸ ਸਾਨੂੰ ਆ ਗਿਆ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਚਾਖਤ ਬੇਗ, ਬੇਗ ਦਾ ਅਰਥ ਹੁੰਦਾ ਜਲਦੀ ਤੁਰਤ ਉਸੇ ਵੇਲੇ, ਇੱਕ ਬਹੁਤੀ ਲੰਮੀ ਗੱਲ ਨਹੀਂ। ਸਗਲ ਦਾ ਮਤਲਬ ਹੁੰਦਾ ਹੈ ਸਾਰੀ, ਬਿਖ ਦਾ ਮਤਲਬ ਹੁੰਦਾ ਹੈ ਜ਼ਹਿਰ, ਹਰੇ ਦਾ ਮਤਲਬ ਹੁੰਦਾ ਹੈ ਖਤਮ ਹੋ ਜਾਣਾ। ਮੈਂ ਫਿਰ ਦੋ ਉਦਾਹਰਣਾਂ ਦੇਣ ਲੱਗਾ। ਜਿਹੜੇ ਬੱਚੇ ਤੁਸੀਂ ਬੈਠੇ ਹੋ ਨਾ, ਇਹ 'ਚ ਤੁਹਾਡਾ ਇੱਕ ਜ਼ੀਰੋ ਮਾਈਨਸ 0% ਵੀ ਤੁਹਾਡਾ ਕਸੂਰ ਨਹੀਂ ਹੈ, ਕਸੂਰ ਸਾਡਾ ਹੈ। ਜੇ ਅਸੀਂ ਤੁਹਾਨੂੰ ਬਾਣੀ ਪੜ੍ਹਾਈ ਹੁੰਦੀ ਨਾ, ਡਾਕਟਰ ਜਸਵੰਤ ਸਿੰਘ ਨੇਕੀ ਦੀ ਦਾਸ ਨੇ ਕਈ ਵਾਰੀ ਉਦਾਹਰਣ ਦਿੱਤੀ ਹੈ,
ਉਹ ਕਿਸੇ ਧਾਰਮਿਕ ਸਥਾਨ ਤੇ ਗਏ ਯਾਤਰਾ ਲੈ ਕੇ ਤੇ ਨਾਲ ਇੱਕ ਛੋਟੀ ਜਿਹੀ ਬੱਚੀ ਹੈ ਉਹਨਾਂ ਦੀ ਕੋਈ 8-10-12 ਸਾਲਾਂ ਦੀ ਉਹ ਬੱਚੀ ਕਿਤੇ ਚੱਲਦਿਆਂ ਚੱਲਦਿਆਂ ਉਹਦੇ ਪੈਰ ਨੂੰ ਠੋਕਰ ਵੱਜੀ ਅਤੇ ਉਹਦਾ ਅੰਗੂਠੇ ਦਾ ਮਾਸ ਕੱਟ ਗਿਆ ਲਹੂ ਨਿਕਲ ਆਇਆ ਅਤੇ ਡਾਕਟਰ ਜਸਵੰਤ ਸਿੰਘ ਨੇ ਕੀ ਉਹ ਬੜੇ ਸਿਆਣੇ ਇਹਨਾਂ ਨੇ ਕਿਤਾਬ ਲਿਖੀਆਂ ਕਈ ਜਿਹਨਾਂ ਦਸੰਦੜੀ ਦਰੁਣਤ ਮੰਜਿਆ ਉਹਦੇ ਵਿੱਚੋਂ ਹੋਏਗਾ ਸਾ ਤਾਂ ਉਹਨੇ ਬੱਚੀ ਦੇ ਪੈਰ ਦੇ ਅੰਗੂਠੇ 'ਚ ਦਵਾਈ ਲਾਈ ਦਵਾਈ ਲਾ ਕੇ ਅਤੇ ਉਹਨੂੰ ਪੱਟੀ ਕੀਤੀ ਉੱਤੇ ਅਤੇ ਉਹ ਪੱਟੀ ਕਰਕੇ ਉਹ ਬੱਚੀ ਰੋ ਰਹੀ ਹੈ ਦਰਦ ਹੋ ਰਿਹਾ ਪਰ ਬੱਚੀ ਰੋ ਰਹੀ ਹੈ ਜਸਵੰਤ ਸਿੰਘ ਨਿੱਕੀ ਹੋ ਰਹੇ ਕੋਲ ਬੈਠ ਕੇ ਉਹਨੂੰ ਗੱਲ ਵੱਕਰੀ 'ਚ ਰਿਹਾ ਬੇਟੀ ਦਰਦ ਬਹੁਤ ਹੁੰਦਾ ਹੈ ਨਾ ਉਹ ਹੁਣ ਕਹਿੰਦੀ ਨਹੀਂ ਅੱਖਾਂ ਤੋਂ ਅੱਥਰੂ ਜਾ ਰਹੇ ਨੇ ਹਾਲਾਂਕਿ ਰੋ ਰਹੀ ਹੈ ਪਰ ਉਹ ਕਹਿੰਦੀ ਨਹੀਂ ਉਹਨਾਂ ਦੇ ਕਿਤੇ ਜ਼ਬਾਨੋਂ ਬੱਚਾ ਨਿਕਲ ਗਿਆ ਕਹਿੰਦੇ ਕਿ ਬੱਚੀ ਮੈਂ ਵੀ ਤੇਰੇ ਪਿਤਾ ਵਰਗਾ ਤੂੰ ਸੱਚ ਦੱਸ ਦਰਦ ਹੋ ਰਹੀ ਹੈ ਨਾ ਬੱਚੀ ਨੇ ਝੱਟ ਉਹਦੀ ਬੁੱਕਲ ਵਿੱਚੋਂ ਨਿਕਲ ਗਈ ਕਹਿੰਦੇ ਵੀ ਤੂੰ ਮੇਰੇ ਪਿਤਾ ਵਰਗਾ ਨਹੀਂ ਹੋ ਸਕਦਾ ਇਹ ਬੱਚਾ ਨਹੀਂ ਕਹਿਣਾ ਮੁੜ ਕੇ ਉਹਨੂੰ ਸੋਚਿਆ ਸ਼ਾਇਦ ਪਿਤਾ ਬਹੁਤ ਚੰਗਾ ਹੋਵੇਗਾ ਕਹਿਣ ਲੱਗੇ ਤੂੰ ਦੱਸ ਮੈਂ ਤੇਰੇ ਪਿਤਾ ਵਰਗਾ ਕਿਉਂ ਨਹੀਂ ਹੋ ਸਕਦਾ ਮਨ ਉਹ 'ਚ ਬਹੁਤ ਗੁਣ ਹੋਣਗੇ ਉਹਦੇ ਵਰਗਾ ਕਿਵੇਂ ਨਹੀਂ ਹੋ ਸਕਦਾ ਬੱਚੀ ਚੀਖ ਪਈ ਕਹਿਣ ਲੱਗੀ ਨਹੀਂ ਉਹਦੇ 'ਚ ਗੁਣ ਨਹੀਂ ਮੇਰੇ ਪਿਤਾ ਵਰਗਾ ਨਹੀਂ ਕਹਿਣ ਲੱਗੇ ਕਿਉਂ ਨਹੀਂ ਹੋ ਸਕਦਾ ਉਹ ਕਹਿਣ ਲੱਗੀ ਮੇਰਾ ਪਿਤਾ ਮੈਨੂੰ ਰੋਜ਼ ਕੁੱਟਦਾ ਹੈ ਸ਼ਰਾਬ ਪੀਂਦਾ ਹੈ ਮੈਂ ਆਪਣੇ ਆਪ ਨੂੰ ਮਸਾਂ ਬਚਾਉਣੀ ਹੈ ਮੇਰਾ ਜੀ ਕਰਦਾ ਮੈਂ ਪੜ੍ਹਾਂ ਲੋਕਾਂ ਦੇ ਕੋਲੋਂ ਕਈ ਵਾਰੀ ਕਈਆਂ ਨੇ ਤਰਸ ਕਰਕੇ ਮੈਨੂੰ ਪੈਸੇ ਵੀ ਦਿੱਤੇ ਭਾਈ ਤੂੰ ਆਪਣੇ ਸਕੂਲ ਦੀ ਫੀਸ ਉਤਾਰ ਦੇ ਤੇ ਮੇਰਾ ਪਿਤਾ ਮੇਰੇ ਕੋਲੋਂ ਵੀ ਖੋ ਕੇ ਉਹ ਪੈਸੇ ਲੈ ਜਾਂਦਾ ਹੈ ਤੇ ਮੇਰੇ ਪਿਤਾ ਵਰਗਾ ਕਸਾਈ ਕੋਈ ਨਹੀਂ ਹੋ ਸਕਦਾ ਉਹਨਾਂ ਆਖਿਆ ਬੱਚੀ ਇਹ ਤੂੰ ਅੰਮ੍ਰਿਤ ਛਕ ਲੈ ਫਿਰ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਬਣ ਜਾਏਗਾ ਤੂੰ ਅੰਮ੍ਰਿਤ ਛਕ ਲੈ ਫਿਰ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਬਣ ਜਾਏਗਾ ਔਰ ਬੱਚੀ ਨੇ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕ ਕੇ ਗੁਰੂ ਚਰਨਾਂ ਵਿੱਚ ਜੁੜ ਗਈ ਜੁੜ ਕੇ ਜਦੋਂ ਘਰ ਗਈ ਘਰ ਦੋ 3 ਦਿਨਾਂ ਬਾਅਦ ਘਰ ਗਈ ਤੇ ਘਰ ਜਾ ਕੇ ਉਹਦਾ ਸ਼ਾਮ ਨੂੰ ਪਿਤਾ ਨਾਲੇ ਉਹਨੂੰ ਗਾਲਾਂ ਕੱਢਦਾ ਮੱਤੇ ਵਚਨ ਬੋਲਦਾ ਹੈ ਨਾਲੇ ਕਹਿੰਦਾ ਮੈਨੂੰ ਰੋਟੀ ਤਿਆਰ ਕਰਕੇ ਦੇ ਜਦੋਂ ਰੋਟੀ ਤਿਆਰ ਕਰ ਰਹੀ ਹੈ ਤੇ ਉਹਦੇ ਪਿਤਾ ਨੇ ਰੁਟੀਨ ਵਾਂਗੂ ਬੋਤਲ ਖੋਲ੍ਹੀ ਸਾਹਮਣੇ ਰੱਖੀ ਗਲਾਸ ਰੱਖਿਆ ਪਾਣੀ ਰੱਖਿਆ ਜਦੋਂ ਉਹ ਗਲਾਸ ਵਿੱਚ ਸ਼ਰਾਬ ਪਾਉਣ ਲੱਗਾ ਉਹ ਬੱਚੀ ਆਈ ਉਹਨੇ ਚਿਮਟੇ ਦੇ ਨਾਲ ਉਹ ਰੋਟੀਆਂ ਲਾਉਂਦੀ ਲਾਉਂਦੀ ਨੇ ਨਾਲੇ ਤਾਂ ਗਲਾਸ ਤੋੜ ਦਿੱਤਾ ਨਾਲੇ ਉਹ ਸ਼ਰਾਬ ਦੀ ਬੋਤਲ ਤੋੜ ਦਿੱਤੀ ਔਕੜਾ ਕਰ ਗਿਆ ਜਦੋਂ ਚੁੱਕ ਕੇ ਚਪੇੜ ਮਾਰਨ ਲੱਗਾ ਆਪਣੀ ਬੱਚੀ ਨੇ ਪਰ ਬਾਪ ਪਕੜੀ ਕਹਿੰਦੇ ਜੀ ਪਿਤਾ ਮੈਂ ਅੱਜ ਤੱਕ ਨਿਰਭਰ ਤੁਮੇ ਜ਼ਰੂਰ ਸਾਂ ਪਰ ਅੱਜ ਮੇਰੇ 'ਚ ਮੇਰਾ ਪਿਤਾ ਬੈਠਾ ਗੁਰੂ ਗੋਬਿੰਦ ਸਿੰਘ ਤੂੰ ਮੇਰੇ ਨਾਲ ਲੜਦਾ ਮੈਂ ਮੇਰੇ ਪਿਤਾ ਨਾਲ ਤੇਰੇ ਕੋਲ ਲੜਿਆ ਨਹੀਂ ਜਾਣਾ ਉਹ ਬੜਾ ਸਮਰੱਥ ਹੈ ਬਾਬਰ ਮੇਰਾ ਬੜਾ ਸਮਰੱਥ ਆ ਮੇਰੇ ਪਿਤਾ ਨਾਲ ਤੇਰੇ ਕੋਲ ਲੜਿਆ ਨਹੀਂ ਜਾਣਾ ਸੋਚ ਕੇ ਹੱਥ ਚੁੱਕੀ ਹੁਣ ਇਹ ਤੇਰੀ ਧੀ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਵੀ ਪੁੱਤਰੀ ਹੈ ਉਸੇ ਵੇਲੇ ਤੇ ਹੱਥ ਕੰਬਣ ਲੱਗ ਪਏ ਰਾਤ ਨਸ਼ਾ ਤੇ ਨਾ ਪੀਤਾ ਚੈਨ ਬਿਨਾ ਆਇਆ ਸਵੇਰ ਦਾ ਵਕਤ ਆਇਆ ਉਹ ਬੱਚੀ ਉੱਠ ਕੇ ਗੁਰੂ ਦਾ ਨਾਮ ਲੈਣ ਲੱਗੀ ਹੈ ਤੇ ਉਹ ਸਾਹਮਣੇ ਆਪਣੇ ਪਿਤਾ ਨੂੰ ਖਲੋਤਿਆਂ ਵੇਖਿਆ ਬੱਚੀ ਡਰ ਗਈ ਭਾਈ ਮੇਰੇ ਕਮਰੇ 'ਚ ਆਇਆ ਸ਼ਾਇਦ ਗਲਾ ਘੁੱਟ ਦੇ ਸ਼ਾਇਦ ਕੋਈ ਮਾੜੀ ਹਰਕਤ ਕਰ ਦੇ ਉਹ ਹੁਣ ਕੰਮ ਦੇ ਹੱਥਾਂ ਨਾਲ ਕਹਿਣ ਲੱਗਿਆ ਬੱਚੀ ਦੇ ਪੈਰੀ ਹੱਥ ਲਾ ਕੇ ਕਹਿਣ ਲੱਗਿਆ ਨਾਮ ਕੀ ਹੈ ਹੁਣ ਨਾ ਮੈਥੋਂ ਨਾ ਮੈਂ ਤੈਨੂੰ ਇੰਨੀ ਗੱਲ ਕਹਿਣ ਆਇਆ ਸਾਂ ਵੀ ਤੇਰਾ ਪਿਤਾ ਮੇਰੇ ਨਾਲੋਂ ਕਿਤੇ ਜ਼ਿਆਦਾ ਸਮਰੱਥ ਹੈ ਉਹ ਜਿੱਤ ਗਿਆ ਮੈਂ ਇੱਕ ਫੈਸਲਾ ਕੀਤਾ ਹੈ ਮੇਰਾ ਫੈਸਲਾ ਤੂੰ ਨਸ਼ੇ ਵਾਲੇ ਬੰਦੇ ਦਾ ਫੈਸਲਾ ਨਾ ਸਮਝੀ ਮੈਂ ਫੈਸਲਾ ਕੀਤਾ ਹੈ ਤੂੰ ਹੁਣ ਮੈਨੂੰ ਵੀ ਅੰਮ੍ਰਿਤ ਛਕਾ ਮੈਂ ਵੀ ਗੁਰੂ ਚਰਨਾਂ ਵਿੱਚ ਜੁੜਨਾ ਚਾਹੁੰਦਾ ਹੈ ਜਿਹੜਾ ਤੇਰਾ ਪਿਤਾ ਉਹ ਜਿੱਤ ਗਿਆ ਮੈਨੂੰ ਅੱਜ ਪਤਾ ਲੱਗਾ ਮੈਂ ਹਾਰ ਗਿਆ ਮੈਂ ਤੇ ਜ਼ਿੰਦਗੀ ਵਿਕਾਰਾਂ ਵਿੱਚ ਹੀ ਗੁਜ਼ਾਰਦਾ ਰਿਹਾ ਮੈਨੂੰ ਅੱਜ ਸਾਰੀ ਰਾਤ ਆਪਣੇ ਆਪ ਨੂੰ ਭੁੱਖਿਆ ਤੂੰ ਕੀ ਕੀਤਾ ਇੱਕ ਪਤੀ ਬਣ ਕੇ ਤੂੰ ਕੀ ਕੀਤਾ ਇੱਕ ਗੁਆਂਢੀ ਬਣ ਕੇ ਤੂੰ ਕੀ ਕੀਤਾ ਇੱਕ ਮਨੁੱਖ ਬਣ ਕੇ ਤੂੰ ਕੀ ਕੀਤਾ ਇੱਕ ਆਪਣੀ ਧੀ ਦਾ ਪਿਤਾ ਬਣ ਕੇ ਤੂੰ ਤੇ ਸਭ ਦੀ ਝੋਲੀ ਵਿੱਚ ਆਪਣੀ ਝੋਲੀ ਵਿੱਚ ਜ਼ਹਿਰ ਸੀ ਲੋਕਾਂ ਦੀ ਝੋਲੀ 'ਚ ਜ਼ਹਿਰ ਪਾਉਂਦਾ ਨਹੀਂ ਅੱਜ ਪੰਜਾਬ ਦੀ ਧਰਤੀ ਨਸ਼ਿਆਂ 'ਚ ਤਾਂ ਰੰਗੀ ਗਈ ਕਿਉਂਕਿ ਅਸੀਂ ਉਹਨਾਂ ਨੂੰ ਗੁਰਬਾਣੀ ਨਹੀਂ ਸਿਖਾਈ
जे अमृत का व्यापारी होंदा गुरदेव दी बाणी दा फैसला है अमृत का व्यापारी होवे क्या मत शुशे भाव धरे और शुशे नशा आपे ही नहीं सोने रहना हूँ गाहक तो पंजाब का नौजवान है ना तो बहर आते हैं जो गाहक ही ना हो बहरों कितों आ बार आते हैं क्योंकि असी खुद गाहक बन गए तो बेनती करा जिस दिन इन्हें यह रस चख लिया चाखत बेग सगल बिख हरे और चखदिया सारी हिरदे विकारा की जहर जी है ना अंदर वसदी जहर जी है वह सारी निकल जानी फिर उधर अपने जी नहीं करना गल के मनती है ना नशा छुड़ाओ केंद्र के छाते हो उत्थे भी कुछ दिन बच्चे रह लेंगे ने फिर आके बाहर क्योंकि मन के बनिया नहीं ना सिर्फ तन में भी छोड़ा पिया समझा तो मन है जिस दिन साडा मन समझ गया यकीन करके जाने बाणी का प्रताप है यकीन करके जाने गुरबाणी की ताकत है जिस दिन असी गुरबाणी के बचनों अपने हिरदे च वसा लिया ना अपने अंदर वसा लिया फिर गुरु ही कृपा करेगा फिर मालिक ही बख्शिश करेगा ते अंदर उहदे इहो जी विकार इहो जी जहर ये अंदर नीचे आउण दे नहीं रब दे उहदे अंदर दी दिख हुण जे बाणी पढ़े विचार के फिर अंदर मैं इतनी भी बेनती कर दिया जप जी साहब याद हो जाना इहदा मतलब इह नहीं कि जप जी साहब याद हो गया कदे ध्यान मार के देखियो अंदर गुरु नानक साहब दा प्रकाश हो गया सुखमनी साहब याद हो गया गुरु अर्जन पातशाह दा अंदर प्रकाश हो गया हुण अंदर गुरु अर्जन पातशाह जी बैठे ने हुण अंदर गुरु नानक साहब जी बैठे ने हुण अंदर गुरु ग्रंथ साहब जी बैठे ने जदों मैं जहर दे नाल किसे दी रिश्वत लवांगा ते अंदर बैठा गुरु ते दवाई पा देगा ना मेरी नाम सजना हक पराया नानका उस सुअर उस गाए गुर पीर हम ता भरे जा मुरदार न खाए अंदर बैठा गुरु ओते दवाई पाएगा ना लैंदा पद दवाए तू माया करे एकातर तू लोगों ने पद दवावा ले लेके माया इकट्ठी करना है जिसनो टोपति आई दा शोषण तुझे अमित जिन्हों तू खुश करने में लग्या होया है तेरे समेत ना तू नित रहने वाला है ते ना नित रहने वाली माया हुण जदों अंदरों ये किसे दी धी भैण नूं मैली नजर नाल वेखेगा जिथों विचार उठना है उत्थे गुरु बैठ गया ते जदों विचार उठिया विकार दा ते गुरु ने उसे वेले दुहाई पाती तैनूं मैं रोज समझाउंदा ਇਹ ਵਿਸ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਮੈਂ ਤੇਰੀਆਂ ਅੱਖਾਂ ਵਿੱਚ ਅੰਮ੍ਰਿਤ ਦੇ ਛਿੱਟੇ ਨਹੀਂ ਸੀ ਮਾਰੇ ਜਦੋਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ ਗੁਰੂ ਪਹਿਲੇ ਛਿੱਟੇ ਅੱਖਾਂ 'ਚ ਪਾਉਂਦਾ ਜੀ ਹਰ ਅੰਮ੍ਰਿਤ ਭਿੰਨੇ ਲੋਏ ਨਾ क्योंकि हाथ भी बहुत थोड़े जे दायरे च पाप कमाते हैं कन्न भी बहुत थोड़े जे दायरे च पाप कमाते हैं लत्तां बाहां यह थोड़े थोड़े दायरे च पाप कमादियां ने दो चौ फुट के विच इन्हां दी बहुती डूबदी कपैसिटी नहीं है पर जिहड़ियां अखां ने उते कई मीटर तक पाप कमा जांदियां कई दूर तक पाप कमा जांदियां ते इस लई गुरदेव ने कृपा की मैं तेरे कद इन्हां अखां च अमृत पाउणा हुण अंदर गुरु बैठ गया साहिब जी कहिंदे ने चाखत बेग सगल बिख हरै जिहड़े मनुख ने गुरबाणी का रस चख लिया गुरबाणी नूं समझ लिया गुरबाणी नूं विचार लिया फिर उन्हें कहण की लोड़ नहीं तू नशे छड़ दे उन्हें कहण की लोड़ नहीं तू विकार छड़ दे उन्हें कहण की लोड़ नहीं तू पाप छड़ दे उन्हें आपे ही छड़ देने ने उन्हें आपे ही छड़ देने उन्हें किसी को कहण की लोड़ नहीं फिर वो आपे ही छड़ जाता सौ बार इवें गुजारीए लोगों मगर लाके ना गुजारीए गुरु के आखे लाके गुजारीए
अगलियां पंक्तियां ने इसे शब्द दियां, बाणी रोकिया रह द्वार। पंक्ति में फिर पढ़ना है ते अज सारे शंका निवृत्त हो जाना चाहिए, मेरा मन किवें टिकेगा। उन्हें किसी जेतारी को पुछियो, उन्हें किसी गैरी को पुछियो, हम गुरु को पुछियो, क्योंकि गुरु अज कह लगे है तुम्हारे सामने है। शायद कहते ने बाणी रोकिया रह द्वार, बाणी का रोकिया होया, बाणी के द्वारा जिस तरह रुक गया ना यह अपने दरवाजे पर बैठा रहेगा। हम तेन कभी भी कोई भी आ जाए बार मैं तेन दुनिया के रंग तमाशे विखावा, यह फिर कहेगा कत जाइए रे घर लागो रंग। मैं हम कि जावा, मेरे अपने घर जिन्ना आनंद है मैं कितने जावा, जिन्ना काम का रस है उतो कि वधीक नाम का रस है मैं कितने जावा, माया के नालों माया का रस लो मैं कितने जावा। वो नहीं जाएगा, वो नहीं जाएगा। जो भी कोई चीज वड्डी मिल जाए सौखी जी उदाहरण दे दिया, तुसी कोई मिठी चीज खा लो ते मुड़के चाह पी के देखो, तुसी कहो कि चाह मिठा करके घर वाले कहेंगे मिठा का बधेरा चीज पाया, वो नहीं पाया पर तुसी पहले मिठी चीज खा ली, एक मिठी चीज खा ली दूजी मिठी नहीं लगनी। साहब कहते आन रसा जेते तै चाखे, निभ खना कृष्णा तेरी लाथे, हर रस का तू चाखे साध, चाखत हुए रहे बिस्माल। चख के देख तू बिस्माल हो जाना है। ये गल आप गुरु की बाणी के खजाने विच पाईए, बड़ी प्यारी उदाहरण दिती हुई रबी बाणी विच। शेख फरीद की जिंदगी नाल संबंधित है, मन बड़ी चिंता है मेरा पुत्र धर्मी बन गया। निकी जी उम्र के क्योंकि जी निकली उम्र होंगी वह टाणी है, उन्होंने मोड़ के भावे कड़ दे लो, जो टाणा बन गया फिर उन छिल के कड़के का कुछ बना सकते, पर मोड़ के नहीं कुछ भी बन, मोड़ के नहीं कुछ भी बन। उस मां को बड़ा फिक्र है मेरा पुत धर्म की राह से तुर पवे, उन्हें मां के लालच देना मिठी ला उन्होंने मिठी का लालच होता सी, अब कहडिया कह रही है गल तो उची बड़ी है। मां ने एक मुसादा मुसादा कहने के कपड़े भी एक मुसादा कपड़ा बछा लेना, तो वो थले कोई ना कोई चीज खाने वाली रख देनी, तो उन्होंने कहना नमाज अदा कर, उन्हें नमाज पढ़नी, उन्हें उठ के कहना पुत्र अज अल्लाह आया सी, तो कह लगे मेरा पुत्र नमाज पढ़ लग्या होया है, तो उन्हें तेनों तो परेशान नहीं किया पर मैनू दे गया सी, दात इतने मैं रख ली हुई है देखता, मैं देखा खुदा इतने रख के चला गया। एक नमाजा पढ़ते हैं चार पैदा हो गया, दो पढ़ लग पे, चार पढ़ लग पे, पांच पढ़ लग पे, अज पंजवीं पंजे नमाजा अदा कीतिया, जो पंजवीं नमाज अदा की उठ के तुर पे। मारे क्या पुत्र जब अल्लाह ताला आया सी ते कुछ ना कुछ रख के गया होना, करे खंड करे मिश्री करे गुड़ करे दुध कुछ ना कुछ रख के जाता, शहद रख के जाता, वो हम मुसले तो उठे उठ के तुर पे। मां कहती पुत देखते सी कुछ ना कुछ रखे हो अल्लाह ताला आया सी। शेख फरीद ने बड़े प्यार अपनी मां वाल देखे कहते मां तेरा झूठ भी किड्डा सच तो पवित्र सी, तो बहुत दिनों झूठ ही नहीं है पर तेरा झूठ भी सच तो पवित्र सी। मां अगे तू कहती सी अल्लाह आया, अज तेन मैं कहना भी अल्लाह आया सी, अज जो खाण लई कुछ कौली विच नहीं रख के गया, अज जो मेरे हिरदे च रख के गया, अज जो मेरे हिरदे च रख के गया, ते उहदा नाम पदार्थ मैं चख लिया, ते हुण मैनूं ए तेरे रखे पदार्थ नहीं जे टंगे लगणे। शुक्र होया तू झूठ गल बोली भी अल्लाह ताला आया सी, पर मां अज तेरा झूठ भी सच बन गया, वह अल्लाह ताला जे कौली च नहीं रख के गया मेरे हिरदे च रख के गया। फरीदा शक्कर खंड निवात मिश्री कहते ने, निवात गुड़ माखियो शहद कहते ने, माझा दुध मझ का दुध, सबे वस्तु मिठिया ये भी मिठिया सन जिन्होंने निवाज का कर लाया।
पर जो नमाज अदा करके मिले है रब रब जग तुद जो रब का आनंद आया हूं मां इन पदार्थों में निकल आता आप भी कद चख के देखिए फिर सू कह की लड़ नहीं पेगी भी नशा छड़िए बाणी रोकया रह द्वार बाणी का रोकया हुआ क्योंकि इन्हें को सुख ही नहीं उदाहरण है मेरा ख्याल है कि यह हर बंदा समझ सकता है तुम किसी भी कहो कि कोई पिलर नहीं देना कोई थम्मी नहीं लानी कोई कंध नहीं करनी सिर्फ इसे तरह इतने छत खड़ी करो तुहाडी गल कोई भी नहीं मनेगा हरेक बंदा बच्चे को लेके बुढ़े तक पढ़े तो लेके अनपढ़ तक हरेक बंदा जानता है कि जे छत खड़ी करनी है ना तो कोई ना कोई थले सहारा देना पड़ेगा बल्कि कई बार घर भी आप रेनोवेट करते हैं तो उदो भी देखना पैदा कि कहड़िया कंधा के उत्ते लोड़ है बाकी जो गल छी ए मतलब छत का टिकाणा उस कंधा के सिरते है जे कंध कोई नहीं बनाई पिलर कोई नहीं बनाया सहारा कोई नहीं लाया तो छत नहीं जे खड़ी होनी सजना जे गुरबाणी का शब्द नहीं पढ़िया तेरा मन नहीं जे खलोना यह फैसला गुरु अर्जन पातशाह का तुम घर जाके अभ्यास करके देख लो भी किसी तरीके छत खड़ी की जा सकती है जो मंदिर को थम है थमन त्यों गुरु का शब्द मने असंभव साडे वर्गे लोगों ने ना तुम्हें गुमराह करके पैसा कमाना है जिन्ना चिर तुम अगे आनी है ना साडा काम ताही चलता है जिदन तुम ज्ञानी हो गए ना साडा काम नहीं जी चलना फिर मैं छोटी जी एक गल कह रहा किसी देवी के कोल विचार मान बता तेल लैन चला गया बड़ी प्यारी गाथा लिखी भाई खाम सिंह ने बने तो उन्हें गल च तली बनी हुई है तो अखा की पट्टी बनी गुरु के दुआले को मिल जाता है वो तेल लैन वाला विचारक से विचार कर दी आप सी पूछ लगे भी सजना यह तेरा बैल आपे किए तुरी जाता है वो कहने जी अखा ने पट्टी बनी और पता ही मैं मेरे पिछे है कोई कहीं कहने जो चलो ठीक है यह तो तुरी जाता पर तेनों किमें पता लगे बैल तुर रहे हैं तो कहने गल च तली बनी हुई है जब तली खड़कती जो मैं पता लग जाता तुरी जाता है कहने जे कि खड़क ही टली खड़का लग जाए सिर खिला के उन्हें आखिर भरिया तू तेल लैन आया दो रुपये ना मेरे बैल में बिगाड़ के ना चला जाई मेनु तो कि कम सार जा तू एक दिन जी ये कौड़ा पा लगा है यकीन करके जाने सानू बस गुरबाणी तो दूर रखने वास्ते यह विचारवान साडा कम चलता ही ना है कि असं तुम सच ना समझाइए जे तुम बाणी पढ़ लगे तुम ज्ञानियों को दर्शन कितने कमाओगे साडा तो कम ता ही चलता ना पर मैं बेनती करा कि तुम खुद गुरबाणी को पढ़ो जोड़ा मन है ना ये किसी ने टिकाया नहीं कि टिकना बिल्कुल नहीं टिकना यह फैसला गुरु अर्जन पातशाह का किसी होर का आंधा तो शायद आप बदला ही लेंगे गुरु अर्जन पातशाह का फैसला नहीं बदलिया जाना वो कहते तेरा मन टिकना ही का है सजना जे तू शब्द न टिकाएगा तुम कदे देखियो मन शब्द तो टुट के नहीं रह सकता जे कोई ना कोई चीज चाहिए है कोई जिथे भी बैठोगे रेडियो ला लोगे टीवी ला लोगे कोई मैगजीन चुक लोगे पेपर पढ़ लोगे कदे बैठ के देखो कदे भी शब्द टुट के मैं बैठ सकना नहीं जे कुछ भी नहीं तुसी गड्डी चलाते जा रहे हो गड्डी दे विच कीर्तन रूप च कथा रूप च गाणियां दे रूप च कोई ना कोई तुसी उच्च शब्द अपने कोल रखे हुए नहीं कुछ भी होएगा दो पात्र घट लोगे अपने मन में एक पात्र वो है मैं अपने दोस्त उलामा दिया तो मैंने फोन नहीं किया अपने ही अंदर है थोड़े कुछ भी नहीं तो दूजा पात्र है मैं वो मैं उलामा देगा भी तू कड़ा किया जो मैं नहीं किया हम अंदर आप गलत कर दी सफर तय करके दो पात्र जरूर ने शब्द में जरूर जुड़िया हुआ है जे कोई बैठ के गला नहीं कर योगा अपने च दो पात्र नहीं कट योगा तो सुपने सिद्ध रहेगा तुम देखो कदम रात को सुपने च भी असं गल कर लेने शब्द तो टुट के एक पर भी नहीं रहेगा फिर शब्द कच्चा जरूरी देना है गाने का शब्द जरूरी देना है फिर शब्द ही तुरकी बाणी का दे दे शब्द ही तुरकी बाणी का दे दे और टिकी हुई है तेन टका देगी सतगुरु की अमृत बोलने पर समाप्ति करिए
बाणी रोकिया रहे द्वार तो मन मतबारो पी बनहार। मतबारो का अर्थ होता मतबाला हो जाना, बाबरा हो जाना, नशे में आ जाना, सुरूर च आ जाना, आनंद में आ जाना। साहब कहने मेरे मन है जरा यह मतबाला हो जाएगा, यह दुनिया तो बेखबर हो जाएगा, बेपरवाह हो जाएगा, इन दुनिया की परवाह नहीं होगी। फिर हम अस जो काम कार करने हैं वह दुनिया की परवाह खातर ही करते हैं। रहत अवर किश अवर कमावत, मन नहीं प्रीत मुखों गढ़ लावत, जानन हार प्रभु परवीन बाहर पेख ते दिखा पाई है ना का होगी वो नहीं जो खुश नहीं होता। तो कोशिश करिए सच विच जीवन की। कल एतवार का दिन सी, अज सोमवार है, सोमवार को अपने अंदर टिकीए, अपने अंदर अपने आप को खोजिए। फरीदा जे तू अकल लतीफ, जे तू सियाणा समझ लै अपने आप को, काले देख ना देख दो गल खत्म कर लै। जे अकल वाला है तो माड़े काम ना कर, काले लेख ना लिख। जे काले लेख लिखने फिर ये ना कह भी मैं अकल वाला गुरु अगे आके बेनती कर दे भाई हम अंधे अंध बिखे बिखराते क्यों चाहे गुरु चांदी सतगुर दया करे सुखदाता हम रावे आपन पाली। सियाणा भी बड़ा कौन है ये अपने आप को भी नहीं संभालता। फरीदा जे तू अकल लतीफ काले लिख ना लेख, अपन जो गिरीबान में सिर नीवा कर देख। गिरीबान का अर्थ होता बुकड़, अपने गिरीबान के अपने अंदर अपनी बुकड़ हाथ मार के देख मैं की करना है। सोमवार टिकाकी बिरती गुरु की बाणी पढ़िए, साडा अंदर अमृत भर जाएगा। फिर अंदरों ही नफरत हो जानी है विषय वकारा, अंदरों ही नफरत हो जानी है नशे, फिर असं अमृत के व्यापारी बन जाए। कबूल कर सतगुरु जी के चरणों में अरदास करना, सहज अदा वास्ते समर्थ प्रदान कर, अगले विचार कर दो। प्यार सत्कार नाल आखो जी वाहेगुरु जी का खालसा वाहेगुरु जी।